ਵਾਹਿਗੁਰੂ ਜੀ ਗੁਰੂ ਨਾਨਕ ਭਗ ਪੰਕਜ ਬੰਦਨ ਭਗ ਪੰਕਜ ਬੰਦਨ ਸਿਮਰੋਇੰ ਗਦ ਦੋਖ ਨੇ ਕੰਦਨ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੁਬਿੰਦ ਸੋਭ ਮਤ ਪਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਨਮ ਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਨੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਤਰਾ ਪਰ ਪੁਨ ਪੁਨ ਸੀਸਾ ਵਾਹ ਗੁਰੂ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗਦੀ ਸਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨੁਕ ਭਗਤ ਮਹਿਰਾਗ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਕਰਿ ਅਨੁraag ਸ੍ਰੀ ਗੁਰ ਸ਼ਬਦ ਕਮਾਏ ਜਨ ਜਿਤ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾ ਸੁਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾ ਸੁਨ ਸੋਏ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਨ ਕਰ ਦੂਤੀ ਇੰਦਰਪਤ ਤਬ ਭੇਜੇ ਭਰਮਿਓ ਭੇਜਿਓ ਦਾਸ ਦੂਰਨ ਆਨ ਬੁਲਾਇ ਕੈ ਦੈ ਲਿਖ ਮਮਰਾਸ ਸੁਨ ਕਰ ਦੂਤੀ ਇੰਦਰਪਤ ਤਬ ਭਿਰ ਪਰਮਿਉ ਭੇਜਿ ਉਦਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਤ ਪਾਵਨ ਭਗਤ ਬਚਲ ਕਿਰਪਾ ਦੇ ਖਜ਼ਾਨੇ ਤਨ ਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਿਵਾਰੀ ਸਾਧ ਸੰਗਤ ਜੀਓ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਵਨ ਪਵਿੱਤਰ ਇਤਿਹਾਸ ਨੂੰ ਅਸੀਂ ਲੜੀਵਾਰ ਸਰਵਣ ਕਰ ਰਹੇ ਹਾਂ ਸ਼ਾਮ ਦੇ ਦੀਵਾਨਾਂ ਦੇ ਵਿੱਚ ਤੋਂ ਅੱਜ ਪੰਥਕ ਰੂਪ ਦੇ ਅੰਦਰ ਤਨ ਤਨ ਸਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚੌਥੇ ਸਰੂਪ ਬੈਠਾ ਛੋੜੀ ਪਾਤਸ਼ਾਹ RAM DAS ਸਤਿਗੁਰੂ ਪਹਾ ਕਹਾਵੈ ਪੂਨ ਤਾਲ ਘਟਾਇਆ ਅੰਮ ਸਰਬ ਜੋਤ ਜਗਾਵੈ ਗੁਰੂ RAM DAS ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਵਤਾਰ ਗੁਰਪੁਰੂ ਮਨਾਇਆ ਜਾ ਰਿਹਾ ਹੈ ਭਾਵੇਂ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਜੋ ਦਸਾਂ ਗੁਰੂਆਂ ਦਾ ਇਤਿਹਾਸ ਆਪ ਜੀ ਨੇ ਲਿਖਿਆ ਹੈ ਉਸ ਦੇ ਵਿੱਚ ਜੋ ਸਤਿਗੁਰੂ ਪਾਤਸ਼ਾਹ ਦਸਾਂ ਸਤਿਗੁਰਾਂ ਦਾ ਜੀਵਨ ਬਿਉਰਾ ਦਿੱਤਾ ਹੈ ਉਹਦੇ ਮੁਤਾਬਕ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਚੂਨਾ ਮੰਡੀ ਲਾਹੌਰ ਦੇ ਵਿੱਚ 1591 ਬਿਕਰੀ ਬਿਕਰਮੀ ਕਤਕ ਸੁਨੀ ਦੂਜ ਦਾ ਦਿਨ ਸੀ ਤੇ ਜੇ ਅੰਗਰੇਜ਼ੀ ਸਾਲ ਨੂੰ ਲਵੇਂ ਤੇ ਉਦੋਂ 2 ਨਵੰਬਰ ਦਾ ਦਿਨ ਸੀ ਪਰ ਇਹ ਗੁਰੂ ਪਾਤਸ਼ਾਹ ਜਾਣੇ ਕਿ ਸਾਡੇ ਪੰਥ ਦੇ ਇਹੋ ਜਿਹੇ ਫੈਸਲੇ ਕਿਉਂ ਨਹੀਂ ਨਾ ਤਾਂ 2 ਨਵੰਬਰ ਹੈ ਤੇ ਨਾ ਕਤਕਮਦੀ ਦੂਜ ਹੈ ਨਿਸ਼ਚਾ ਕਰ ਲਿਆ ਕਿ ਦਿਨ ਹੀ ਮਨਾਉਣਾ ਪਰ ਜਿਹੜੇ ਦਿਨ ਗੁਰੂ ਸਾਹਿਬ ਜੀ ਨੇ ਭਾਗਸ਼ਾਲੀ ਬਣਾਏ ਨੇ ਉਹਨਾਂ ਦਿਨਾਂ ਨੂੰ ਮਨਾਇਆ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਮਹਾਰਾਜ ਦੀ ਕਤਕ ਦੀ ਪੂਰਨਮਾਸ਼ੀ ਹੈ ਉਹਨਾਂ ਦਿਨਾਂ ਨੂੰ ਮਨਾਉਣ ਦੇ ਨਾਲ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਮਿਲਦੀ ਹੈ ਕਿਉਂਕਿ ਗੁਰੂ ਪਾਤਸ਼ਾਹ ਜੀ ਆਪ ਉਹੀ ਦਿਨ ਮਨਾਉਂਦੇ ਰਹੇ ਨੇ ਸਤਗੁਰੂ ਸੱਚੇ ਪਾਤਸ਼ਾਹ ਰਮਤਾ ਕਾਰਨ ਬਖਸ਼ਿਸ਼ਾ ਕਰਨ ਤੋ ਧੰਨ ਧੰਨ ਸਤਿ ਸਤਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਲਾਹੌਰ ਸ਼ਹਿਰ ਦੇ ਅੰਦਰ ਜੋ ਚੂਨਾ ਮੰਡੀ ਹੈ ਉੱਥੇ ਸਤਗੁਰਾਂ ਦੇ ਪਿਤਾ ਮਾਤਾ ਪਿਤਾ ਹਰਦਾਸ ਜੀ ਮਾਤਾ ਦਇਆ ਕੌਰ ਜੀ ਨਿਵਾਸ ਕਰਦੇ ਸਨ ਔਰ ਇਹ ਜੋ ਇਸ ਪ੍ਰਾਤਨ ਜਿਨ੍ਹਾਂ ਵੇਦ ਪਠਿਓ ਸੇ 베ਦੀ ਕਹਾਇਓ ਜਿਨ੍ਹਾਂ ਨੇ ਵੇਦ ਪੜ ਲਏ ਉਹ 베ਦੀ ਬਣ ਗਏ ਜਿਨ੍ਹਾਂ ਸਨਾਊੜ ਦੇਸ਼ ਵਿੱਚ ਜਾ ਕਰਕੇ ਇਸ ਪ੍ਰਕਾਰ ਉਥੋਂ ਦੀਆਂ ਮੱਛੀਆਂ ਨਾਲ ਸ਼ਾਦੀ ਕਰਕੇ ਰਾਜਕੈਮ ਕੀਤਾ ਉਹ ਸੋਢੀ ਬਣ ਗਏ ਤੇ ਸੋਢ ਵੰਸ ਦੇ ਅਵਦੰਸ਼ ਰੂਪ ਹੋ ਕਰਕੇ ਧੰ ਸਤਗੁਰੂ RAMਦਾਸ ਮਹਾਰਾਜ ਨੇ ਚੂਨਾ ਮੰਡੀ ਲਾਹੌਰ ਦੇ ਵਿੱਚ ਆਪਣਾ ਅਵਤਾਰ ਧਾਰਨ ਕੀਤਾ ਪਰ ਖੇਲ ਵਾਹੀ ਗੁਰੂ ਜੀ ਦਾ ਹੈ ਬਚਪਨ ਅਵਸਥਾ ਦੇ ਵਿੱਚ ਮਾਤਾ ਪਿਤਾ ਜੀ ਦਾ ਆਸਰਾ ਸਿਰ ਤੇ ਨਾ ਰਿਹਾ ਨਾਨੀ ਮਾ ਨੇ ਇਸ ਪ੍ਰਕਾਰ ਪਾਲਣਾ ਕੀਤੀ ਹੈ ਬਚਪਨ ਦੇ ਅੰਦਰ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਭਾਵੇਂ ਸਤਿਗੁਰੂ ਪਾਤਸ਼ਾਹ ਗਰੀਬਨਵਾਜੀ ਛੋਲਿਆਂ ਦੀਆਂ ਘੁੰਗਣੀਆਂ ਮਾਤਾ ਬਜ਼ੁਰਗ ਨੇ ਬਣਾ ਦੇਣੀਆਂ ਉਹਨਾਂ ਨੂੰ ਵੇਚ ਕਰਕੇ ਇਸ ਪ੍ਰਕਾਰ ਰੋਜੀ ਦਾ ਮਹਾਰਾਜ ਨੇ سلسلہ ਸ਼ੁਰੂ ਕੀਤਾ ਹੈ ਮਹਾਂਪੁਰਖ ਦੱਸਿਆ ਕਰਦੇ ਹੈ ਇਹ ਮਹਾਰਾਜ ਗੰਭੀਰ ਬਿਰਤੀ ਦੇ ਮਾਲਕ ਸਨ ਧਰੋ ਹੀ ਮੱਥੇ ਤੇ ਗੁਰਤਾ ਦਾ ਲੇਖ ਸੀ ਇਸ ਲਈ ਆਪ ਜੀ ਘੁੰਗਣੀਆਂ ਦਾ ਛਾਬਾ ਲੈ ਕਰਕੇ ਇਸ ਤਨ ਰਸਤੇ ਤੇ ਖੜੇ ਸਨ ਤੇ ਮਸਤ ਬਿਰਤੀ ਵਿੱਚ ਨੇ ਸ੍ਰੀ ਗੋਇੰਦਵਾਲ ਸਾਹਿਬ ਜੀ ਨੂੰ ਗੁਰੂ ਮਹਾਰਾਜ ਦੀਆਂ ਸੰਗਤਾਂ ਸ਼ਬਦ ਪੜ੍ਹਦੀਆਂ ਕੀਰਤਨ ਕਰਦੀਆਂ ਸੰਗਤਾਂ ਆ ਰਹੀਆਂ ਸਨ ਜਦੋਂ ਇਹ ਜਥਾ ਸੋ ਇਹਨਾਂ ਦੇ ਕੋਲ ਦੀ ਲੰਘਿਆ ਉਹਨਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਬ੍ਰਹਮ ਗਿਆਨੀ ਗੁਰਸਿੱਖ ਸੀ ਤ੍ਰੈਕਾਲ ਦਰਸ਼ੀ ਸੀ ਉਹਨਾਂ ਨੇ ਜਿਸ ਮਿਲ ਨੇ ਇਸ ਬਾਲਕ ਰੂਪ ਵਿੱਚ ਜਿਨ੍ਹਾਂ ਦੇ ਮਸਤਕ ਦਾ ਪ੍ਰਭਾਵ ਚਮਤਕਾਰ ਹੀ ਦੇਖਿਆ ਉਹਨਾਂ ਤੱਕਿਆ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਗਤ ਤਾਰਕ ਜੋਤ ਤਾਂ ਇੱਥੇ ਖੜੇ ਨੇ ਉਸ ਨੇ ਝਟ ਆਪਣੇ ਜਥੇ ਚੋਂ ਅਲੱਗ ਹੋ ਕਰਕੇ ਗੁਰੂ ਸਾਹਿਬਾਂਗੇ ਝੋਲੀ ਕਰ ਦਿੱਤੀ ਕਿ ਮਹਾਰਾਜ ਜੀ ਜਨਮ ਜਨਮਾਂ ਦਾ ਭੁੱਖਾ ਹਾਂ ਕਿਰਪਾ ਕਰ ਤਾ ਮਹਾਰਾਜ ਇੱਕ ਮੁਕ ਪਾਇਆ ਕਹਿੰਦੇ ਮਹਾਰਾਜ ਹੋਰ ਕਿਰਪਾ ਕਰੋ ਭਾਵਸੀ ਉਸ ਬ੍ਰह्मज्ञानी ਤਤ ਮੇਤੇ ਨੇ ਗੁਰੂ ਜੀ ਉਤਨੀ ਪੋਸ਼ਾਣਦਿਆਂ ਹੋਇਆਂ ਬਰਕਤ ਲਈ ਹੈ ਔਰ ਐਸ ਤ੍ਰਿਕ ਦੇ ਨਾਲ ਪੁੱਛਿਆ ਤੁਸੀਂ ਕਿੱਥੇ ਚੱਲੇ ਜੀ ਗੁਰੂ ਮਹਾਰਾਜ ਦੇ ਚਰਨਾਂ 'ਚ ਤੋਂ ਗੁਰੂ ਪਾਤਸ਼ਾਹ ਨੇ ਸੰਭਵ ਬਣਾ ਕੇ ਇਸ ਤਰ੍ਹਾਂ ਦੇ ਨਾਲ ਸਨ ਗੁਰੂ ਅਮਰਦਾਸ ਮਹਾਰਾਜ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਵਿੱਚ ਜੋੜਿਆ ਤੇ ਆਪ ਜੀ ਨੇ ਸੇਵਾ ਸ਼ੁਰੂ ਕੀਤੀ ਹੈ ਗੁਰੂ ਦੀ ਹਾਜ਼ੂਰੀ ਵਿੱਚ ਆ ਕਰਕੇ ਬੌਲੀ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਜਿੱਥੇ ਸੰਗਤਾਂ ਸੋ ਕੋਈ ਕਾਰ ਸੇਵਾ ਕੋ ਕਹਿਆਂ ਨਾਲ ਸੋ ਘਾਰ ਪਟ ਰਿਹਾ ਕੋਈ ਟੋਕਰੀਆਂ ਭਰ-ਭਰ ਕੇ ਢੋਹ ਰਿਹਾ ਕੋਈ ਚੁਕਾਈ ਜਾਂਦਾ ਕੋ ਢੋਈ ਜਾਂਦਾ ਇਸ ਤਰ੍ਹਾਂ RAMDAS ਜੀ ਸੋ ਜਿੱਡਾ ਟੋਕਰਾ ਸੰਗਤ ਰੱਖਦੇ ਨੇ ਉਡਾਂ ਹੀ ਚੁੱਕਦੇ ਹੋਏ ਸਿਮਰਨ ਵਿੱਚ ਜੁੜੇ ਜਾ ਕੇ ਛੁੱਟ ਕੇ ਆ ਜਾਂਦੇ ਨੇ ਤੋਂ ਗਰੀਬ ਬੰਨਵਾਜ ਪਾਤਸ਼ਾਹ ਜੀ ਜਦੋਂ ਇਸ ਤਰ੍ਹਾਂ ਕਾਰ ਸੇਵਾ ਵਿੱਚ ਲੱਗੇ ਹੋਏ ਸਨ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਹਾਜ਼ੂਰੀ ਦੇ ਵਿੱਚ ਤੁਨ ਮਨੂ ਹੋ ਕਰਕੇ ਤਾਂ ਇਸ ਤਰ੍ਹਾਂ ਇਹਨਾਂ ਦੀ ਵੰਸ ਦੇ ਲੋਕ ਲਾਹੌਰ ਤੋਂ ਆਏ ਨੇ ਉਹਨਾਂ ਨੇ ਆ ਕਰਕੇ ਜਦੋਂ ਤੱਕਿਆ ਪਾਈ ਸਾਡਾ ਵੀ ਇੱਥੇ ਬੱਚਾ ਰਹਿੰਦਾ ਹੈ ਮਿਲ ਕੇ ਚਲੀਏ ਆਣ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੇ ਪੁੱਛਿਆ ਜਦੋਂ ਦੱਸਿਆ ਕਿ ਸੇਵਾ ਕਰ ਰਹੇ ਨੇ ਗੁਰੂ ਮਹਾਰਾਜ ਦੀ ਸੇਵਾ ਵਿੱਚ ਤਨ ਮਨ ਹੋ ਕਰਕੇ ਲੱਗੇ ਹੋਏ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਟੋਕਰਾ ਛੁੱਟ ਕੇ ਆ ਰਹੇ ਸਨ ਜਦ ਇਹਨਾਂ ਲੋਕਾਂ ਨੂੰ ਪਤਾ ਲੱਗਾ ਕਿ ਇਹੋ ਹੀ RAMDAS ਜੀ ਹਨ ਇਸ ਪ੍ਰਕਾਰ ਇਹਨਾਂ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਅਸੀਂ ਸੋਢ ਵੰਸ਼ ਦੇ ਲੋਕ ਖੱਤਰੀ ਲੋਕ ਆਹ ਤੇ ਇਸ ਤਰੀਕੇ ਦੇ ਨਾਲ ਸਾਰਾ ਸਰੀਰ ਮਿੱਟੀ ਨਾਲ ਲਿਬੜਿਆ ਹੋਇਆ ਟੋਕਰਾ ਢੋਣ ਵਾਸਤੇ ਉਹਨਾਂ ਨੇ ਕੁਝ ਇਤਰਾਜ਼ ਵੀ ਕੀਤੇ ਨੇ ਗੁਰੂ ਸਾਹਿਬ ਦੇ ਕੋਲ ਵੀ ਇਤਰਾਜ਼ ਕੀਤੇ ਹਨ ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੇ ਦੁੱਖਣ ਰੂਪ ਵਾਕਾਂ ਨੂੰ ਭੂਖਣ ਰੱਖ ਕਰਦਿਆਂ ਹੋਇਆਂ ਬਚਨ ਕੀਤਾ ਕਿ ਤੁਸੀਂ ਕਹਿੰਦੇ ਹੋ ਇਹਨਾਂ ਦੇ ਇਹਨਾਂ ਨੂੰ ਤੁਸੀਂ ਸੋ ਟੋਕਰੀ ਢੋਣ ਤੇ ਲਾਇਆ ਹੋਇਆ ਹੈ ਇਹਨਾਂ ਦਾ ਸਰੀਰ ਮਿੱਟੀ ਨਾਲ ਲਿਬੜਿਆ ਹੋਇਆ ਹੈ ਸਤਗੁਰੂ ਪਾਤਸ਼ਾਹ ਨੇ ਬਚਨ ਕੀਤਾ ਪਾਈ ਤੁਹਾਨੂੰ ਤਾਂ ਇੱਕ ਕਾਰ ਦਾ ਟੋਕਰਾ ਮਿੱਟੀ ਦਾ ਦਿਸ ਰਿਹਾ ਸਾਨੂੰ ਤਾਂ ਇਹਨਾਂ ਦੇ ਸਿਰ ਤੇ ਗੁਰਤਾ ਦਾ ਛਤਰ ਦਿਸ ਰਿਹਾ ਹੈ ਇਹ ਤਾਂ ਬਹੁਤ ਉੱਚੇ ਭਾਗਾਂ ਵਾਲੇ ਹਨ ਤੋਂ ਇਸ ਤਰੀਕੇ ਦੇ ਨਾਲ ਭਾਵੇਂ ਇਹਨਾਂ ਦੇ ਚਾਚੇ ਤਾਇਆ ਆਦਿਕ ਨੇ ਪ੍ਰੇਰਣਾ ਕੀਤੀ ਵੀ ਤੁਸੀਂ ਸਾਡੇ ਨਾਲ ਚਲੋ ਅਸੀਂ ਕਾਰੋਬਾਰ ਕੋਈ ਤੁਹਾਨੂੰ ਕਰ ਦਿੰਦੇ ਆਂ ਇਉਂ ਠੀਕ ਨਹੀਂ ਸਾਡੀ ਕੁਲ ਵਾਸਤੇ ਕਹਿਣ ਲੱਗੇ ਵੀ ਮੈਂ ਤਾਂ ਇੱਥੋਂ ਜਾ ਹੀ ਨਹੀਂ ਸਕਦਾ ਜਦੋਂ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਸੁਪੁੱਤਰੀਆਂ ਬੀਬੀ ਦਾਨੀ ਜੀ ਬੀਬੀ ਭਾਨੀ ਜੀ। ਤੋਂ ਵਰ ਜੋਗ ਸਨ ਤੇ ਜਗਤ ਮਾਤਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਫਿਕਰ ਕਰੋ ਬੱਚੀਆਂ ਜਵਾਨ ਹਨ। ਤੋਂ ਇਹਨਾਂ ਦਾ ਕੋਈ ਵਰ ਲੱਭੋ। ਤੇ ਗੁਰੂ ਪਾਤਸ਼ਾਹ ਜੀ ਬੈਠੇ ਸਨ ਬੌਲੀ ਸਾਹਿਬ ਦੀ ਜਿੱਥੇ ਸੇਵਾ ਹੋ ਰਹੀ ਸੀ। ਤੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਦੇਖ ਹਾਂ ਕਹਿੋ ਜਿਆ ਬੀਬੀ ਭਾਨੀ ਜੀ ਵਾਸਤੇ ਵਰ ਕਿਹੋ ਜਿਹਾ ਚਾਹੀਦਾ ਹੈ? ਰਾਮਦਾਸ ਮਹਾਰਾਜ ਜੀ ਟੋਕਰੀ ਸੁੱਟ ਕਰਕੇ ਆ ਰਹੇ ਸਨ ਤਾਂ ਉਧਰ ਇਸ਼ਾਰਾ ਕਰਕੇ ਮਾਤਾ ਜੀ ਕਹਿੰਦੇ ਨੇ ਐਨੀ ਕੋ ਉਮਰ ਦਾ ਐਹੋ ਜਿਹਾ ਗੰਭਰੂ ਜਵਾਨ ਹੋਵੇ ਤੇ ਵਰ ਜੋਗ ਠੀਕ ਹੈ ਤੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਕਿ ਆ ਭਾਗਵਾਨ ਨੇ ਫਿਰ ਇਹੋ ਜੱਤ ਇਹੋ ਹੀ ਹੈ ਫਿਰ ਇਹੋ ਹੀ ਬੀਬੀ ਪਾਨੀ ਜੀ ਦਾ ਵਰ ਹੋਏਗਾ ਭਾਵੇਂ ਉਹ ਫਿਰ ਬਾਦ ਵਿੱਚ ਘੁਮਰਾਏ ਨਹੀਂ ਮਹਾਰਾਜ ਹੂੰ ਥੋੜਾ ਮੈਂ ਕਿਹਾ ਸੀ ਕਹਿੰਦੇ ਨਹੀਂ ਤੋ ਇਹ ਇਹ ਨਾ ਵਰਗੇ ਇਹੋ ਹੀ ਨੇ ਇਹਨਾਂ ਵਰਗਾ ਹੋਰ ਕੋਈ ਨਹੀਂ ਹੈ। ਇਉਂ ਕਰਕੇ ਸਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਨੰਦ ਕਾਰਜ ਬੀਬੀ ਭਾਨੀ ਜੀ ਦੇ ਨਾਲ ਕੀਤਾ ਗਿਆ ਤੇ ਧੰ ਸਤਗੁਰੂ ਪਾਤਸ਼ਾਹ ਜੀ ਨੇ ਸਤਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੇਵਾ ਕੀਤੀ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਤੁਟ ਕਰਕੇ ਬਖਸ਼ਿਸ਼ ਕੀਤੀ ਹੈ। ਗੁਰਿਆਈ ਗੰਦੀ ਬਖਸ਼ ਕਰਕੇ ਸਤਗੁਰੂ ਪਾਤਸ਼ਾਹ ਨੇ ਗੁਰਤਾਪਾਤੇ ਸੋਭਨਿਕ ਕੀਤਾ। ਧੰ ਧੰ ਰਾਮਦਾਸ ਗੁਰ ਜਨ ਸ੍ਰਿਆ ਤਨੇ ਸਵਾਰਿਆ। ਗੁਰੂ ਹੀ ਹੋਈ ਕਰਾਮਤ ਅਪਸਜਣ ਹਾਰੇ ਧਾਰਿਆ ਦੇ ਬਚਨ ਗੁਰਬਾਣੀ ਵਿੱਚ ਦਰਜ ਹਨ ਐਸੇ ਧੰਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਗਤ ਤਾਰਕ ਜਿਨ੍ਹਾਂ ਨੇ ਮਹਾਨ ਬਖਸ਼ਿਸ਼ ਕੀਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੁਰੀ ਤੀਜੇ ਪਾਸ਼ਾ ਦੇ ਹੁਕਮ ਦੇ ਨਾਲ ਵਸਾਈ ਅਤੇ ਜੋ ਅੰਮਤ ਸਰੋਵਰ ਹੈ ਗੁਰੂ ਰਾਮਦਾਸ ਮਹਾਰਨੇ ਪੂਰਨ ਤਾਲ ਖਟਾਇਆ ਅੰਮਤ ਸਰ ਵਿੱਚ ਜੋਤ ਜੁਗਾਵੇ ਤਾਲ ਦੀ ਖੁਦਾਈ ਕਰਵਾ ਕਰਕੇ ਕੱਚਾ ਤਾਲ ਗੁਰੂ ਪਾਸ਼ਾ ਨੇ ਬਣਵਾ ਦਿੱਤਾ ਸੀ ਤੇ ਪੰਚਮ ਪਾਚਨ ਹੁਕਮ ਕੀਤਾ ਕਿ ਰਿੰਦੀ ਸੇਵਾ ਤੁਸਾਂ ਨੇ ਸੰਪੂਰਨ ਕਰਾਉਣੀ ਹੈ ਤਾਂ ਐਸੇ ਤਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਰਉਪਕਾਰੀ ਸਤਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਸੋ ਉਹਨਾਂ ਦਾ ਅਵਤਾਰ ਪੁਰਬ ਜਿਹੜਾ ਹੈ ਸੋ ਮਨਾਇਆ ਜਾ ਰਿਹਾ ਹੈ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਪਰਮ ਦੇਵਾਲੂ ਕਿਰਪਾਲੂ ਗਰੀਬ ਨਵਾਜ਼ ਬਖਸ਼ੰਦ ਹਨ ਸੋ ਜਿਨ੍ਹਾਂ ਨੇ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਮਾਇਆ ਨੂੰ 12 ਕੋ ਆਪਣੇ ਤੋਂ ਦੂਰ ਰੱਖਿਆ ਹੈ ਤੋ ਦੂਸਰੇ ਪਾਤਸ਼ਾਹ ਨੇ 6 ਕੋਹਾਂ ਤੇ ਤੀਜੇ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਨੇ ਮਾਇਆ ਨੂੰ ਸੇਵਾ ਦੀ ਇਜਾਜ਼ਤ ਦਿੱਤੀ ਕਿ ਤੂੰ ਦਰਵਾਜ਼ੇ ਤੇ ਖੜੋ ਕੇ ਸੇਵਾ ਕਰ ਸਕਦੀ ਹੈ ਆਪਣੇ ਦਰਵਾਜ਼ੇ ਤੇ ਥਾਂ ਬਖਸ਼ੀ ਤੋ ਮਹਾਰਾਜ ਜੀ ਦੇ ਲੰਗਰ ਦੇ ਸਾਹਮਣੇ ਇਸ ਤਰ੍ਹਾਂ ਧਨ ਦੌਲਤ ਅੰਨ ਪਦਾਰਥ ਦੇ ਗੱਡੇ ਲੱਦੇ ਰਹਿੰਦੇ ਜਿੰਨਾ ਹੁਕਮ ਹੁੰਦਾ ਉਤਨਾ ਹੀ ਅੰਨ ਪਦਾਰਥ ਧਨ ਜਿਹੜਾ ਸੀ ਗੁਰੂ ਘਰ ਚ ਕਬੂਲ ਹੁੰਦਾ ਸੀ ਤਨ ਸਤਗੁਰੂ RAMDAS ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ ਚਰਨਾਂ ਵਿੱਚ ਲక్ష్ਮੀ ਨੂੰ ਨਮਾਜ਼ ਬਖਸ਼ ਕਰਕੇ ਰਹਿਮਤਾਂ ਕੀਤੀਆਂ ਸ੍ਰੀਮਤ ਦੁਨੀਆ ਦੇ ਭਲੇ ਵਾਸਤੇ ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਹਰ ਮੰਦਰ ਮੈਂ ਹਰ ਵਸੇ ਹਰੀ ਦਾ ਮੰਦਰ ਬਣਾਇਆ ਅਤੇ ਸਤਗੁਰੂ ਦੇ ਚਰਨਾਂ ਦੇ ਵਿੱਚ ਸੋ ਲక్ష్ਮੀ ਜਿਹੜੀ ਆ ਦੇਖੋ ਮੀਂਹ ਵਾਂਗ ਵਰਦੀ ਹੈ ਸਤਿਗੁਰੂ ਪਾਤਸ਼ਾਹ ਜੀਆ ਬਰਕਤਾਂ ਨੇ ਸਤਿਗੁਰੂ ਪਾਤਸ਼ਾਹ ਪਰਮ ਅੰਦੇਯ ਲੋਕਿਰਪਾਲੂ ਮਹਾਰਾਜ ਗੁਰਸਿੱਖਾਂ ਦਾ ਸਿੱਖ ਸੰਗਤਾਂ ਦਾ ਉਧਾਰ ਕਰਨ ਵਾਲੇ ਸਮੁੱਚੇ ਜਗਤ ਦੇ ਭਲੇ ਵਾਸਤੇ ਵਿਅੰਤ ਬਾਣੀ ਦਾ ਉਚਾਰਨ ਕਰਕੇ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਐਸੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਵਤਾਰ ਗੁਰਪ੍ਰਮ ਜੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਪਾਤਸ਼ਾਹ ਜੀ ਸਾਡੇ ਸਾਰਿਆਂ ਤੇ ਹੀ ਮਿਹਰਪਰੀ ਦ੍ਰਿਸ਼ਟੀ ਪਾ ਕਰਕੇ ਬਖਸ਼ਿਸ਼ਾਂ ਕਰਨ ਤੋਂ ਇਸ ਜੋ ਚੌਥੇ ਰੂਪ ਵਿੱਚ ਜੋਤ ਜਗਿੰ ਉਸ ਦੇ ਪਹਿਲੇ ਸਰੂਪ ਦੇ ਕੌਤਕਾ ਨੂੰ ਅਸੀਂ ਇਤਿਹਾਸ ਵਿੱਚੋਂ ਬਾਚ ਰਹੇ ਹਾਂ ਤਾਂ ਧੰ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਗਤ ਉਧਾਰ ਦਾ ਕਾਰਜ ਸ਼ੁਰੂ ਕਰਨ ਵਾਸਤੇ ਬੇਈ ਨਦੀ 'ਚ ਪਰਵੇਸ਼ ਉਹੋ ਕਰਕੇ ਤੀਸਰੇ ਦਿਨ ਮਹਾਰਾਜੀ ਆਪ ਪ੍ਰਗਟ ਹੋਏ ਹਨ ਅਤੇ ਹਜੂਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਸੋ ਹਟ ਸਾਹਿਬ ਦੇ ਕੋਲ ਖਲੋਖਲੋ ਕਰਕੇ ਤੋ ਦਰਵਾਜ਼ੇ ਖੋਲ ਕਰਕੇ ਤੋ ਹੱਟੀ ਲੁਟਾ ਦਿੱਤੀ ਹੈ ਅਤੇ ਗਰੀਬਨਵਾਜ ਪਾਤਸ਼ਾਹ ਗਰੀਬਨਵਾਜ ਅੰਤਰਜਾਮੇ ਜੀ ਇਕਾਂਤ ਵਾਸ ਕਰ ਲਿਆ ਹੈ ਦੁਨੀਆਂ ਦੇ ਲੋਕ ਭਾਂ ਸੁਪਾਂਥੀਆਂ ਗੱਲਾਂ ਬਾਤਾਂ ਕਰਦੇ ਹਨ ਸਤਿਗੁਰੂ ਪਾਤਸ਼ਾਹ ਜੀ ਸੋ ਬਾਬਾ ਵੇਖਿਆ ਧਿਆਨ ਧਰ ਜਲਤੀ ਸਭ ਪ੍ਰਥਮੀ ਦੇ ਸਿਹਾਈ ਸਾਰੀ ਸ੍ਰਿਸ਼ਟੀ ਨੂੰ ਜਲਦੀ ਬਲਦੀ ਨੂੰ ਤੱਕ ਕਰਕੇ ਜਗ ਦਾ ਉਧਾਰ ਕਰਨ ਵਾਸਤੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਕਾਰਨ ਲੱਭਿਆ ਭਈ ਇਹ ਦੁਖੀ ਦੁਨੀਆਂ ਕਿਉਂ ਹੈ ਭਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹਨ ਗੁਰੂ ਪਾਤਸ਼ਾਹ ਜੀ ਨੇ ਇਹ ਕਾਰਨ ਲੱਭਿਆ ਕਿ ਬਾਝੋਂ ਗੁਰੂ ਗੁਬਾਰ ਹੈ ਹਾ ਹਾ ਕਰਦੀ ਸੁਣੀ ਲੁਕਾਈ ਭਈ ਪੂਰੇ ਗੁਰੂ ਤੋਂ ਬਿਨਾਂ ਇਹ ਹਾਏ ਹਾਏ ਕਰਦੀ ਦੁਨੀਆ ਦੁਖੀ ਹੋ ਰਹੀ ਹੈ ਇਸ ਵਾਸਤੇ ਚੜਿਆ ਸੋਧਣ ਧਰਕ ਧਰਤ ਲੁਕਾਈ ਇਸ ਵਾਸਤੇ ਧਰਤੀ ਤੇ ਲੁਕਾਈ ਨੂੰ ਸੋਧਣ ਵਾਸਤੇ ਸੁਖ ਦੇਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੋ ਇਸ ਪ੍ਰਕਾਰ ਵਿਚਰ ਕਰਕੇ ਜਗਾ ਜਗ ਅਤੇ ਪੁੱਜ ਕਰਕੇ ਜੀਵਾਂ ਦਾ ਉਧਾਰ ਕਰਨ ਦੀ ਠਾਣੀ ਹੈ ਜਿਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਉਸ ਪਾਵਨ ਪਵਿੱਤਰ ਇਤਿਹਾਸ ਨੂੰ ਬਿਆਨ ਕਰ ਰਹੇ ਨੇ ਤਾਂ ਸਤਿਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਮੋਦੀ ਖਾਨਾ ਛੱਡ ਦਿੱਤਾ ਹੈ ਆਪਣੀ ਜਾ ਕਰਕੇ ਕਬਰਾ ਮੜੀਆਂ ਮਸਾਣਾ ਵਿੱਚ ਇਕਾਂਤ ਵਿੱਚ ਜਾ ਕੇ ਬੈਠੇ ਹਨ ਕਿ ਸਾਨੂੰ ਦੁਨੀਆਂ ਦੇ ਲੋਕ ਕੋਲ ਆਉਣ ਨਾ ਅਸੀਂ ਅਗਲਾ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਉਲੰਕੀਏ ਤਾਂ ਸੱਚਖੰਡ ਪ੍ਰਵੇਸ਼ ਕਰਕੇ ਆਕਾਰਪੁਰਖ ਨੂੰ ਗੁਰੂ ਧਾਰਨ ਕਰਕੇ ਮੰਤਰ ਦੀ ਪ੍ਰਾਪਤੀ ਗੁਰੂ ਸਾਹਿਬ ਨੇ ਕਰ ਲਈ ਹੈ ਆਓ ਪਿਆਰਪੂਰਵਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਜਿਸ ਤਰ੍ਹਾਂ ਜਗਤ ਨੂੰ ਤਾਰਦੇ ਹਨ ਤੋ ਉਸ ਪ੍ਰਸੰਗ ਨੂੰ ਆਪਾਂ ਸਰਵਣ ਕਰਦੇ ਹਾਂ ਤੋ ਅੱਜ ਤੋਂ ਤੱਕरीबन 7 ਤੋਂ 8 ਵਜੇ ਤੱਕ ਕਥਾ ਦਾ ਸਮਾਂ ਰੱਖਿਆ ਗਿਆ ਕਿਉਂਕਿ ਸੰਗਤਾਂ ਨੂੰ ਪਰੇਸ਼ਾਨੀ ਹੁੰਦੀ ਨੇਰੇ ਕਰਕੇ 8 ਵਜੇ ਆਪਾਂ ਸਮਾਪਤੀ ਕਰਾਂਗੇ ਜੀ ਆਓ ਪਿਆਰਪੁਰਬ ਗੁਰੂ ਇਤਿਹਾਸ ਤੇ ਪ੍ਰਸੰਗ ਵਿੱਚ ਮਨ ਜੋੜਦੇ ਹੋਏ ਮੁੱਖ ਪਵਿੱਤਰ ਕਰੀਏ ਉਚਾਰਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਣ ਕਰ ਦੂਤੀ ਨਰਪਤ ਤਬ ਭਰਮਿਓ ਤੋ ਜਿਸ ਵੇਲੇ ਤੋ ਧੰ ਸਤਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਕਾਂਤ ਵਾਸ ਹੋ ਗਏ ਨੇ ਦੁਨੀਆਂ ਦੇ ਲੋਕਾਂ ਦੀ ਸ਼ਰਧਾਲੂਆਂ ਦੇ ਮਨ ਟਿਕੇ ਹੋਏ ਨੇ ਜਿਹੜੇ ਲੋਕ ਨਸ਼ਰਦਕ ਹਨ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਹਨ ਕੁਝ ਲੋਕਾਂ ਨੇ ਜਾ ਕਰਕੇ ਸਦੌਲਤ ਖਾਨ ਨਵਾਬ ਜਿਹੜਾ ਹੈ ਉਹਦੇ ਕੋਲ ਜਾ ਕੇ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਹਿੰਦੇ ਦੇਖੋ ਤੁਹਾਡਾ ਜਿਹੜਾ ਧਨ ਲੁੱਟਾ ਕਰਕੇ ਬਹੁਤਾ ਘਾਟਾ ਪੈਂਦਾ ਵੇਖ ਕਰਕੇ ਤੋ ਤੁਹਾਡੇ ਗੁੱਸੇ ਤੋਂ ਬਚਣ ਵਾਸਤੇ ਹੁਣ ਮਹਾਰਾਜ ਨੇ ਕਹਿੰਦੇ ਆ ਜਿਹੜਾ ਖੇਲ ਵਰਤਾ ਲਿਆ ਇਹੋ ਜੀਆਂ ਗੱਲਾਂ ਕਰਦੇ ਨੇ ਜਦੋਂ ਤਾਂ ਕਹਿੰਦੇ ਉਹਨਾਂ ਚੁਗਲਾਂ ਦੇ ਕੋਲੋਂ ਚੁਗਲੀਆਂ ਸੁਣ ਕਰਕੇ ਨਵਾਬ ਸਾਹਿਬ ਜੀ ਨੇ ਭੇਜਿਓ ਦਾਸ ਤੋ ਸੇਵਕ ਨੂੰ ਭੇਜਿਆ ਹੈ ਦੂਰਨ ਆਨ ਬੁਲਾਇਕ ਉਹਨਾਂ ਨੇ ਝਟ ਆਣ ਕਰਕੇ ਬੁਲਾਇਆ ਹੈ ਤੈ ਲੇਖਾ ਮਮਰਾਸ ਤੇ ਮੇਰਾ ਜਿਹੜਾ ਐਨੇ ਸਮੇਂ ਦਾ ਲੇਖਾ ਜਿਹੜਾ ਰਹਿੰਦਾ ਹੈ ਉਹ ਤੁਸੀਂ ਦਿਓ ਦੋਖਾਂ ਨੇ ਜਿਸ ਵੇਲੇ ਚੁਗਲੀਆਂ ਕੀਤੀਆਂ ਭਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਜਾ ਕਰਕੇ ਹੁਣ ਫਕੀਰ ਬਣ ਕਰਕੇ ਵਾਗੇ ਨੇ ਤੇ ਜੈ ਰਾਮ ਜੀ ਜਿਹੜੇ ਨੇ ਉਹ ਸੱਚੇ ਪਾਤਸ਼ਾਹ ਮਹਾਰਾਜ ਦੇ ਜਾਮਨ ਹਨ ਇਸ ਵਾਸਤੇ ਤੁਸੀਂ ਜੈ ਰਾਮ ਨੂੰ ਬੁਲਾ ਕਰਕੇ ਤੇ ਸਾਰਾ ਜਿਹੜਾ ਹਿਸਾਬਕ ਤਬ ਆਪਣਾ ਤੁਸੀਂ ਜਮਾ ਖਰਚ ਜਿਹੜਾ ਹੈ ਉਹ ਪੂਰਾ ਕਰੋ ਤਾਂ ਸੇਵਕ ਨੂੰ ਭੇਜ ਕਰਕੇ ਬੁਲਾ ਲਿਆ ਹੈ ਆਲੀਏ ਤੇ ਤਤਕਾਲ ਜੈ ਰਾਮ ਬੁਲਾਇਕ ਆਲਤ ਉਹ ਕਹਿੰਦੇ ਘਰ ਤੋਂ ਤੋ ਝਟਪਟ ਹੀ ਜੈਰਾਮ ਨੂੰ ਬੁਲਾਇਆ ਹੈ ਬੋਲ ਦੌਲਤ ਖਾਨ ਦੌਲਤ ਖਾਨ ਇਸ ਤਰ੍ਹਾਂ ਬੋਲਦਾ ਕਹਿੰਦਾ ਹੈ ਸਾਲ ਕੋ ਲੇਖਾ ਵਿਸਾਲ ਲਖੋ ਅਬ ਤੋ ਕਹਿੰਦੇ ਨੇ ਇੱਕ ਸਾਲ ਦਾ ਹਿਸਾਬ ਕਿਤਾਬ ਜਿਹੜਾ ਅਹ ਹੁਣ ਹੋਣਾ ਹੈ ਦੇਵੋ ਜਾ ਬਿਦ ਸੋ ਮਨ ਮੰਨ ਤੋ ਕਹਿੰਦੇ ਨੇ ਉਹ ਮੈਨੂੰ ਹਿਸਾਬ ਕਿਤਾਬ ਦਿਓ ਇਸ ਤਰੀਕੇ ਦੇ ਨਾਲ ਇਸ ਦਾ ਮਨ ਮੰਨਿਆ ਦੌਲਤ ਖਾਨ ਨੇ ਕਿਹਾ ਹੈ ਬਾਕੀ ਜਿਤੀ ਨਿਕਸੇ ਹਮਰੀ ਸਭ ਤੋ ਤੋ ਸਭ ਕਹਿੰਦੇ ਜਿੰਨੀ ਸਾਡੀ ਬਾਕੀ ਨਿਕਲੇਗੀ ਟਿਗਲੇਵ ਹੈ ਜਾਨ ਨشان ਤੋ ਟਿਗਲੇ ਮੈਂ ਤੇਰੇ ਕੋਲ ਅਸੀਂ ਲਵਾਂਗੇ ਇਹ ਗੱਲ ਛੁਪੀ ਨਹੀਂ ਹੋਈ ਹੈ ਘਾਟ ਕਿਦੋਂ ਵੱਧ ਹਾਟ ਬਟੋਰ ਹੋ ਤੋ ਭਾਵੇਂ ਘਟ ਹੈ ਤੇ ਭਾਵੇਂ ਵੱਧ ਤੁਸੀਂ ਹਟ ਸਭ ਤੇ ਜਾ ਕਰਕੇ ਜੋ ਵੀ ਰਾchn ਪਾਣੀ ਹੈ ਜਾ ਕੇ ਆਪਣਾ ਕੰਟਰੋਲ ਕਰੋ ਤੇ ਮੇਰੇ ਨਾਲ ਹਿਸਾਬ ਕਰੋ ਡਾਂਟ ਕਹੇ ਬਚ ਰਾਟ ਇਅਨ ਤੋ ਭਾਈ ਰਾਟ ਰਾਜਾ ਸੀ ਡਾਂਟ ਕਰਕੇ ਜੈ ਰਾਮ ਜੀ ਨੂੰ ਇਸ ਤਰੀਕੇ ਦੇ ਨਾਲ ਇਸ ਨੇ ਬਚਨ ਕਹੇ ਹਨ ਦੋਹਰਾ ਤਪਿਓ ਲੋਹੇ ਬ੍ਰਣ ਪਾਕ ਪਰ ਜੈਸ ਤਰੀ ਕਹਿੰਦੇ ਨਾਲ ਕਹਿੰਦੇ ਕਿਸੇ ਦੇ ਸਰੀਰ ਤੇ ਹੋਵੇ ਫੋੜਾ ਤੇ ਕੋਈ ਸੋ ਲੋਹਾ ਤੱਤਾ ਕਰਕੇ ਉਹ ਖੋੜੇ ਦੀ ਦਰਦ ਤਾਂ ਪਹਿਲਾਂ ਹੁੰਦੀ ਆ ਤੇ ਕੋਈ ਛੜਦਾ ਛੜਦਾ ਬਲਦਾ ਲੋਹਾ ਉਹਦੇ ਤੇ ਲਾ ਕੇ ਜਿਵੇਂ ਦੁਖੀ ਕਰੇ ਲਗ ਸੰਕਟ ਅਦਕਾਈ ਜਿਸ ਤਰ੍ਹਾਂ ਬਹੁਤ ਭਾਰੀ ਸੰਕਟ ਤੇ ਦੁੱਖ ਹੁੰਦਾ ਹੈ ਤਿਉਹ ਸੁਣ ਬਚਨ ਨਰੇ ਇਸ ਕੇ ਿਉ ਰਾਜੇ ਦੇ ਬਚਨ ਸੁਣ ਕਰਕੇ ਜੈ ਰਾਮ ਜੀ ਨੇ ਉੱਠਿਓ ਹਿਰਦ ਅਕ ਲਾਈ ਤੋ ਬਣੇ ਵਿਆਕਲ ਕਾਲੇ ਪੈ ਕਰਕੇ ਉੱਠੇ ਹਨ ਘਰ ਦੇ ਵਿੱਚੋਂ ਚਿੰਤਾ ਨਦੀ ਪ੍ਰਵਾਹੇ ਮੈਂ ਚਿੰਤਾ ਰੂਪ ਨਦੀ ਦੇ ਪ੍ਰਵਾਹ ਦੇ ਵਿੱਚ ਵੇਗ ਦੇ ਵਿੱਚ ਬਹਿਓ ਅ ਨਾ ਬਨ ਪਾਈ ਹੁਣ ਮਨ ਰੁਣਿਆ ਜਾਂਦਾ ਹੈ ਕੋਈ ਆਸਰਾ ਨਹੀਂ ਮਿਲਦਾ ਵੀ ਹੁਣ ਕੀ ਕਰੀਏ ਕੋਏ atheer vicharayi ਧੋ ਬਣ ਧੀਰਜ ਤੋ ਰਹਿ ਤੋ ਹੋ ਕਰਕੇ ਡਾਵਾਂਡੋਲ ਮਨ ਬਣ ਗਿਆ ਹੈ ਤੇ ਵਿਚਾਰਾਂ ਕਰਦੇ ਹਨ ਜੈ ਰਾਮ ਜੀ ਕਿਆ ਇਸ ਕਹੋ ਅਲਾਈ ਤੋ ਮੈਂ ਹੁਣ ਦੌਲਤਖਾਨੇ ਬੁਲਾਇਆ ਹੈ ਇਹਨੂੰ ਜਾ ਕੇ ਮੈਂ ਮੈਂ ਹੁਣ ਕੀ ਆਖਾਂਗਾ ਸ੍ਰੀ ਨਾਨਕ ਤੱਕ ਆਸਰਾ ਤਨ ਸ੍ਰੀ ਗੁਰੂ ਨਾਨਕ ਸਾਹਿਬ ਦਾ ਫੇ ਆਸਰਾ ਤੱਕਿਆ ਮਨ ਦੇ ਵਿੱਚ ਅਰਦਾਸ ਕੀਤੀ ਹੈ ਪਤ ਰੱਖੇ ਮਮ ਸੋਏ ਤਨ ਗੁਰੂ ਨਾਨਕ ਸਾਹਿਬ ਮਹਾਰਾਜੀ ਰੱਬ ਰੂਪ ਹਨ ਮੇਰੀ ਇਜਤ ਪਤ ਹੁਣ ਆਪ ਹੀ ਰੱਖਣਗੇ ਕਿਰਪਾ ਕਰਕੇ ਬੋਲਿਓ ਤਬਹਿ ਨਰੇਸ ਸੋ ਤੋ ਉਸ ਮਿਲ ਆਣ ਕਰਕੇ ਰਾਜੇ ਨੂੰ ਇਉਂ ਬੋਲਿਆ ਕਹਿਣ ਲੱਗਾ ਸ਼ਰਨ ਸੁਖਦ ਕੀ ਹੋਏ ਕਹਿਣ ਲੱਗਾ ਕੇ ਧੰਨ ਸੁੱਖਾਂ ਦੇ ਦਾਤੇ ਮਹਾਰਾਜ ਦੀ ਛਰਣ ਲੈ ਕੇ ਸਵਈਆ ਇੱਕ ਬਾਰ ਮੈਂ ਨਾਨਕ ਕੇ ਟਿਗ ਜਾਇ ਕਹਿ ਤਹਿ ਲੱਗਾ ਦੇਖੋ ਨਵਾਬ ਸਾਹਿਬ ਜੀ ਸੋ ਸਾਹਿਬ ਗੁਰੂ ਨਾਨਕ ਮਹਾਰਾਜ ਦਾ ਕਾਰਜ ਹੈ ਇੱਕ ਵਾਰਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਮੈਂ ਜਾ ਕੇ ਆਏ ਕਹਿ ਦਿਉ ਹਿਸਾਬ ਤੇ ਮਾਰਾ ਫਿਰ ਆਣ ਕੇ ਜੋ ਵੀ ਹੁਕਮ ਕਰਨਗੇ ਉਹਦੇ ਮੁਤਾਬਕ ਤੁਹਾਡੇ ਨਾਲ ਹਿਸਾਬ ਕਿਤਾਬ ਕਰਾਂਗੇ ਜੀ ਔਰ ਵਿਚ ਵਿਚਾਰਤ ਆਰਤ ਧਾਰਤ ਤੋਂ ਮਨ ਵਿੱਚੋਂ ਵਿਚਾਰ ਕਰਕੇ ਬੜਾ ਦੁਖੀ ਹੋ ਕੇ ਧਾਰਨ ਕਰਦਾ ਹੈ ਬਾਹਰ ਤਾਂ ਦਿਸ ਪੰਥ ਪਧਾਰਾ ਉਹ ਤੋਂ ਨਵਾਬ ਕੋਲੋਂ ਨਿਕਲ ਕਰਕੇ ਧੰਨ ਸਤਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜਿੱਥੇ ਬੈਠੇ ਸਨ ਉਸ ਰਸਤੇ ਵਿੱਚ ਚੱਲ ਪਿਆ ਹਾਂ ਬਹੁ ਗੌਰਨ ਮੈਂ ਇਵ ਰਾਜਤ ਹੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਆਪਣਾ ਕਬਰਾ ਆਦਿਕ ਵਿੱਚ ਬੈਠ ਕਰਕੇ ਇਉਂ ਫੱਬ ਰਹੇ ਹਨ ਸਤਿਗੁਰੂ ਜੀ ਸ਼ਿਵ ਮਦ ਮਸਾਨ ਮਨੋ ਹਿਤ ਧਾਰਾ ਜਿਉਂ ਬਣਾ ਭਰੀ ਪ੍ਰੇਮ ਧਾਰ ਕਰਕੇ ਸ਼ਿਵ ਜੀ ਮਹਾਰਾਜ ਜੀ ਜਿਵੇਂ ਬੈਠੇ ਹੋਣ ਰਾਤੀ ਮੜੀ ਮਸਾ ਮੜੀ ਮਸਾਣੀ ਜਿਸ ਤਰ੍ਹਾਂ ਬੈਠਦੇ ਨੇ ਇਉਂ ਗੁਰੂ ਸਾਹਿਬ ਜੀ ਫੱਬ ਰਹੇ ਸ਼ੋਭਾ ਪਾ ਰਹੇ ਹਨ ਚਿੰਤ ਕਪਤ ਕਪਤ ਬੰਦਤ ਹਾਥ ਦੋ ਕਰ ਤੋ ਇਸ ਪ੍ਰਕਾਰ ਬੜੇ ਚਿੰਤਾ ਦੇ ਵਿੱਚ ਦੁਖੀ ਹੋ ਕਰਕੇ ਦੋਵੇਂ ਹੱਥ ਜੋੜ ਕੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਕਰ ਬੰਦਨ ਬੈਨ ਜੈ ਰਾਮ ਉਚਾਰ ਨਮਸਕਾਰ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਰੂਪ ਰਸਾਲ ਦਿਆਲ ਸੁਨੋ ਏ ਦਿਆਲੂ ਸੁੰਦਰ ਸਰੂਪ ਵਾਲੇ ਮਹਾਰਾਜ ਜੀ ਬੇਨਤੀ ਸਰਵਣ ਕਰੋ ਜੀ ਇੱਕ ਸਾਲ ਕੋ ਲੇਖਾ ਵਿਸਾਲ ਬਖਾਨਾ ਸਾਲ ਦਾ ਇਹ ਲੰਬਾ ਚੌੜਾ ਹਿਸਾਬ ਹੱਟ-ਸਾਮ ਦਾ ਜੋ ਹੈ ਜੋ ਖਰਚਾ ਰਾਜੇ ਕੋਲੋਂ ਲਿਆ ਹੈ ਧਨ ਦਾ ਔਰ ਜਿਹੜਾ ਤੁਸੀਂ ਇਸ ਪ੍ਰਕਾਰ ਸੌਦਾ ਲਿਆਣ ਕੇ ਵੇਚਿਆ ਹੈ ਤੂੰ ਆਮਦਨ ਖਰਚ ਦਾ ਹਿਸਾਬ ਜੋ ਕਰਨਾ ਹੈ ਮੋਹੂ ਬੁਲਾਏ ਅਲਾਏ ਸੁਨਾਏ ਜੋ ਤਾਂ ਮੈਨੂੰ ਇਸ ਤਰ੍ਹਾਂ ਬੁਲਾ ਕੇ ਸੋ ਦੌਲਤਖਾਨ ਇਸ ਪ੍ਰਕਾਰ ਕਹਿ ਕੇ ਆਪਾਂ ਸੁਣਾਇਆ ਹੈ ਆਏ ਸਭ ਪਾਏ ਆਇਓ ਇਹ ਥਾਨਾ ਇਸ ਪ੍ਰਕਾਰ ਤੂੰ ਇਸ ਵਾਸਤੇ ਤੁਹਾਡੇ ਕੋਲ ਮ ਆਇਆ ਹਾਂ ਕਿ ਉਹ ਕਹਿੰਦਾ ਹੈ ਕਿ ਮੇਰੇ ਨਾਲ ਹਿਸਾਬ ਕਰੋ ਜਾ ਸੰਕਾਨ ਉੱਠੇ ਗਤ ਦਾਨ ਇਹ ਜਿਸ ਨੇ ਬੇਨਤੀ ਸੁਣੀ ਭయ్యా ਜੈ ਆਰਾਮ ਇਹ ਮਹਾਂਪੁਰਖ ਜੋ ਭయ్యా ਜੀ ਤੇ ਲੱਗਦੇ ਸਨ ਪਰ ਮਹਾਂਪੁਰਖ ਭయ్యా ਜੈ ਆਰਾਮ ਜੀ ਨਾਮ ਹੀ ਲਿਆ ਕਰਦੇ ਸਨ ਭਈਏ ਤੋਂ ਪਾ ਭయ్యా ਜੀ ਦਾ ਹੈ ਤੇ ਇਸ ਪ੍ਰਕਾਰ ਜਿਸ ਵੇਲੇ ਸਤਿਗੁਰੂ ਪਾਸ਼ਾ ਨੇ ਬਚਨ ਸੁਣੇ ਤਾਂ ਉੱਠ ਕਰਕੇ ਚੱਲ ਪਏ ਨਾਲ ਜੀ ਜਿਸੂ ਨਹਿ ਕਾਨ ਸੁਜਾਨ ਨਿਧਾਨ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਅੰਤਰਜਾਮੀ ਹਨ ਕਿਰਪਾ ਦੇ ਖੰਜਾਨੇ ਹਨ ਤੇ ਜਿਨ੍ਹਾਂ ਨੂੰ ਕਿਸੇ ਦੀ ਕਾਨਕ ਨੋਡ ਨਹੀਂ ਹੈ ਜੀ ਸੰਧ ਹੈ ਮੰਦ ਭਲੀ ਗਾ ਸੁੰਦਰ ਹੌਲੀ ਹੌਲੀ ਬੜੇ ਸੋਹਣੀ ਚਾਲ ਦੇ ਨਾਲ ਚੱਲੇ ਸਤਿਗੁਰੂ ਜੀ ਬੇਫਿਕਰ ਹੋ ਕੇ ਆਨੰਦ ਕੰਧ ਮੁਕੰਧ ਪਿਆਨਾ ਆਨੰਦ ਦੇ ਦਾਤੇ ਮੁਕਤੀ ਦੇ ਦਾਤੇ ਗੁਰੂ ਨਾਨਕ ਪਾਤਸ਼ਾਹ ਜੀ ਸੋ ਭਈਆ ਜੈ ਰਾਮ ਜੀ ਦੇ ਨਾਲ ਚੱਲ ਪਏ ਹਨ ਸੰਗ ਜੈ ਰਾਮ ਹੈ ਜਾਵਤ ਰਾਜਤ ਤੋ ਭਈਆ ਜੈ ਰਾਮ ਜੀ ਦੇ ਨਾਲ ਜਾਂਦੇ ਹੋਏ ਗੁਰੂ ਸਾਹਿਬ ਜੀ ਫੱਬ ਰਹੇ ਹਨ ਰੂਪ ਪ੍ਰਾਤਮ ਆਤਮ ਜੈਸੇ ਜਿਸ ਤਰ੍ਹਾਂ ਇੱਕ ਤਾਂ ਪ੍ਰਾਤਮ ਪਰਮੇਸ਼ਵਰ ਰੂਪ ਹੈ ਤੇ ਦੂਸਰੇ ਨਾਲ ਜਿਵੇਂ ਆਤਮਾ ਆਤਮਾ ਤੇ ਪਰਮਾਤਮਾ ਜਿਵੇਂ ਹਨ ਪਰਮਾਤਮਾ ਰੂਪ ਗੁਰੂ ਨਾਨਕ ਸਾਹਿਬ ਜੀ ਆਤਮਾ ਨੂੰ ਪਈਆ ਜਾ ਰਾਮ ਜੀ ਨਾਲ ਜਾ ਰਹੇ ਹਨ ਬੇਦਨ ਕੇਤ ਸੋ ਲੇਖੇ ਕੇਹਤ ਤਨ ਗੁਰੂ ਨਾਨਕ ਸਾਹਿਬ ਜੀ ਬੇਦੀ ਕੋਲ ਦੇ ਸ਼ਰੋਮਣੀ ਮਹਾਰਾਜ ਸੋ ਨਵਾਬ ਦੇ ਨਾਲ ਹਿਸਾਬ ਕਰਨ ਵਾਸਤੇ ਗਏ ਜਬ ਖਾਨ ਨਕੇਤ ਮੈਂ ਪੈਸੇ ਜਿਸ ਵੇਲੇ ਜਾ ਕਰਕੇ ਦੌਲਤ ਖਾਨ ਨਵਾਬ ਦੇ ਘਰ ਵਿੱਚ ਪ੍ਰਵੇਸ਼ ਕੀਤਾ ਹੈ ਲੀਨੋ ਨਵੀਂ ਸਿੰਧ ਸੰਗ ਮੁਕੰਦ ਮੁਕਤੀ ਦਾਤਾ ਜੀ ਨੇ ਇਸ ਦੇ ਨਵਾਬ ਦੇ ਮੁਨਸ਼ੀ ਨੂੰ ਨਾਲ ਲਿਆ ਹਿਸਾਬ ਲਈ ਆਨੰਦ ਰਿਦੇਬਰ ਮੰਦਰ ਬੈਸੇ ਤੋ ਮੇਰੇ ਸਤਿਗੁਰੂ ਆਨੰਦ ਦੇ ਦਾਤੇ ਜੀ ਇੱਕ ਵੱਖਰੇ ਮੰਦਰ ਅਸਥਾਨ ਤੇ ਟਿਕ ਕਰਕੇ ਹਿਸਾਬ ਕਰਨ ਲਈ ਬੈਠ ਗਏ ਹਨ ਕਿਨੂ ਹੈ ਲੇਖਾ ਅਲੇਖ ਜੋ ਤਨ ਲੇਖੇ ਹਿਸਾਬਾਂ ਤੋਂ ਰਹਿਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਰ ਲੇਖਾ ਹਿਸਾਬ ਕੀਤਾ ਹੈ ਪਤ ਲੇਖਾ ਕੋ ਲੇਖਾ ਘਟੇ ਕਹੋ ਕੈਸੇ ਤੇ ਕਵੀ ਜੀ ਕਹਿੰਦੇ ਜਿਹੜਾ ਸਾਰੇ ਹਿਸਾਬਾਂ ਦਾ ਮਾਲਕ ਪਰਮੇਸ਼ਵਰ ਹੈ ਉਹਦਾ ਹਿਸਾਬ ਕਿਸ ਤਰ੍ਹਾਂ ਘਾਟ ਪਕਾਟਾ ਪੈ ਸਕਦਾ ਹੈ ਇੱਕ ਸਾਲ ਕੋ ਲੇਖਾ ਵਿਸਾਲ ਹੂ ਤੋ ਇੱਕ ਸਾਲ ਦਾ ਲੰਬਾ ਲੇਖਾ ਹਿਸਾਬ ਸੀ ਆਮਦਨ ਖਰਚ ਦਾ ਕਰ λεਹੁ ਵਹੀ ਕੀਏ ਜੋਰ ਮਹਾਨਾ ਤੂੰ ਵਹੀ ਖਾਤਾ ਲੈ ਕਰਕੇ ਸਾਰਾ ਹੀ ਹਿਸਾਬ ਜੋੜ ਕਰਕੇ ਜਦੋਂ ਸੋ ਇਸ ਪ੍ਰਕਾਰ ਵਿਚਾਰ ਕੀਤਾ ਹੈ ਤਾਂ ਆਮਦ ਔ ਖਰਚੀ ਕੋ ਸੁਮਾਰ ਕੇ ਉਹ ਆਮਦਨ ਤੇ ਦੂਸਰੇ ਪਾਸੇ ਖਰਚ ਦਾ شمار ਗਿਣਤੀ ਕਰਕੇ ਜਦੋਂ ਦੇਖਿਆ ਹੈ ਤਾਂ ਕੀਨ ਭਲੇ ਗਿਣਤੀ ਵਿਦ ਨਾਨਾ ਅਨੇਕ ਪ੍ਰਕਾਰ ਦੇ ਨਾਲ ਸੋ ਸੋਣੀ ਗਿਣਤੀ ਵਿਚਾਰ ਕਰਕੇ ਕਾਗਦ ਲੈ ਕਰ ਬਰਿੰਦ ਲਿਖੇ ਬਹੁਤ ਸਾਰੇ ਕਾਗਜ ਲੈ ਕਰਕੇ ਉਹਨਾਂ ਤੇ ਸੋ ਆਮਦਨ ਇੱਕ ਪਾਸੇ ਦੂਸਰੇ ਪਾਸੇ ਖਰਚਾ ਲਿਖਿਆ ਹੈ ਲਵੀ ਸਿੰਧ ਕੀ ਬੁੱਧ ਥੱਕੀ ਬਿਸਮਾਨ ਤੋ ਕਹਿੰਦੇ ਨੇ ਇਹ ਜਿਹੜਾ ਮੁਨਸੀ ਸੀ ਉਸ ਦੀ ਅਕਲ ਥੱਕ ਗਈ ਹੈ ਬੜਾ ਹੈਰਾਨ ਹੋਇਆ ਹੈ ਦੀਨ ਦਿਆਲ ਰਹੇ ਪੁਨ ਵਾਦੇ ਮੈਂ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਘਾਟਾ ਕੌਣ ਪਾ ਸਕਦਾ ਹੈ ਗੁਰੂ ਨਾਨਕ ਮਹਾਰਾਜ ਜੀ ਵਾਦੇ ਵਿੱਚ ਰਹੇ ਹਨ ਸਿਰ ਗੁਰ ਅੰਗਦ ਜੀ ਸੁਣ ਕਾਨਾ ਭਾਈ ਬਾਲਾ ਜੀ ਕਹਿੰਦੇ ਹਨ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਮੇਰੇ ਸਾਹਿਬ ਗੁਰੂ ਨਾਨਕ ਮਹਾਰਾਜ ਦਾ ਜਸ ਸੁਣੋ 7 ਸੈ 8 ਨਿਕਾਸ ਹੈ ਸੇਖ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ 700 ਤੇ 60 ਰੁਪਏ ਜਿਹੜੇ ਨਾ ਇਸ ਪ੍ਰਕਾਰ ਵਾਧਾ ਨਿਕਲੇ ਹਨ ਸੁਣੀ ਨਿਜ ਸਰੋਨ ਮੈਂ ਦੌਲਤ ਖਾਨਾ ਦੌਲਤ ਖਾਨੇ ਆਪਣੇ ਕੰਨਾਂ ਵਿੱਚ ਸੁਣਿਆ ਕਿ ਧੰਨ ਗੁਰੂ ਨਾਨਕ ਮਹਾਰਾਜ ਦੇ 760 ਰੁਪਏ ਵਧ ਗਏ ਹਨ ਫੋਰਤ ਭਇਓ ਬਿਸਮਾਦ ਰਿਦੇ ਤਾਂ ਸੁਣ ਕਰਕੇ ਬਹੁਤ ਹੈਰਾਨ ਹੋਇਆ ਹੈ ਰਾਜਾ ਅਹਲਾਦ ਜੈ ਰਾਮ ਨਾ ਜਾਏ ਬਖਾਨਾ ਤੇ ਜਿਹੜਾ ਇਸ ਗੱਲ ਨੂੰ ਸੁਣ ਕੇ ਜੋ ਜੈ ਰਾਮ ਜੀ ਨੂੰ ਖੁਸ਼ੀ ਹੋਈ ਹੈ ਕਹਿੰਦੇ ਕੋਈ ਬਿਆਨ ਨਹੀਂ ਕਰ ਸਕਦਾ ਹੈ ਮੰਦੀ ਮਤੀ ਮੰਦ ਮਤੀ ਮਨ ਨਿੰਦਕ ਲज्जਤ ਜਿਹੜੇ ਨਿੰਦਕ ਲੋਕ ਗੁਰੂ ਨਾਨਕ ਮਹਾਰਾਜ ਦੇ ਨਿੰਦਿਆ ਕਰਦੇ ਸਨ ਜਾ ਕੇ ਰਾਜੇ ਦੇ ਕੋਲ ਥੋ ਕਹਿੰਦੇ ਫਿਰ ਸ਼ਰਮ ਦੇ ਨਾਲ ਮੂੰਹ ਨੀਵੇਂ ਹੋ ਗਏ ਉਹਨਾਂ ਦੇ ਬਿੰਦਤ ਭੇਦ ਨਾ ਮੂਡ ਅਜਾਨਾ ਕਹਿੰਦੇ ਐਸੇ ਅਗਿਆਨੀ ਤੇ ਮੂਰਖ ਲੋਕ ਉਹ ਜਿਹਨਾਂ ਧੰਨ ਮੇਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਭੇਜਦ ਨੂੰ ਜਾਣ ਨਹੀਂ ਸਕਦੇ ਹਨ ਕੀਰਤ ਪਾਵਸ ਸੋ ਜਾਵਾਸੀ ਕਹਿੰਦੇ ਜਿਵੇਂ ਸਤਿਗੁਰੂ ਮਹਾਰਾ ਦਾ ਜਸ ਤੇ ਇਉਂ ਹੈ ਜਿਵੇਂ ਬਰਸ਼ਾ ਰੁੱਤ ਵਿੱਚ ਮਰਸ਼ਾ ਵਰਦੀ ਹੈ ਇਹ ਨਿੰਦਕ ਲੋਕ ਇਸ ਤਰ੍ਹਾਂ ਨੇ ਜਿਵੇਂ ਜਵਾਹਾ ਹੁੰਦਾ ਤੋ ਸੜ ਜਾਂਦਾ ਹੈ ਜੌਨ ਸੀ ਹੈ ਚੱਕਵਾਕ ਸਮਨ ਤੇ ਮੇਰੇ ਸਤਿਗੁਰੂ ਮਹਾਰਾਜ ਦੀ ਕੀਰਤੀ ਮਹਿਮਾ ਜਿਹੜੀ ਹੈ ਉਹ ਚੰਦਰਮਾ ਦੀ ਚਾਂਦਨੀ ਵਰਗੀ ਹੈ ਤੇ ਜਿਹੜੇ ਨਾ ਇਸ ਪ੍ਰਕਾਰ ਨਿੰਦਕ ਲੋਕ ਚੱਕਵੀ ਚੱਕਵੇ ਦੇ ਨੇ ਆਈ ਦੁਖੀ ਹੁੰਦੇ ਹਨ ਦੋਹਰਾ ਨਿੰਦਕ ਕੂਰੇ ਸਮਝ ਕੈ ਤੋ ਰਾਜੇ ਨੇ ਹੁਣ ਜਿਹੜੇ ਸਾਹਮਣੇ ਸਾਰੀ ਗੱਲ ਹੋ ਗਈ ਤਾਂ ਉਹਨਾਂ ਨੇ ਸਮਝਿਆ ਇਹ ਸਾਰੇ ਨਿੰਦਕ ਲੋਕ ਝੂਠ ਬੋਲਦੇ ਸਨ ਗੁਰੂ ਨਾਨਕ ਮਹਾਰਾਜ ਦੀ ਨਿੰਦਿਆ ਕਰਦੇ ਸਨ ਮੇਰੇ ਕੋਲ ਦੌਲਤਖਾਨ ਨਰੇਸ ਦੌਲਤਖਾਨ ਰਾਜੇ ਨੇ ਇਹ ਗੱਲ ਸਮਝੀ ਹੈ ਲੀਨੇ ਨਿਕਟ ਹਕਾਰ ਕੈ ਤਨ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਹੈ ਕਮਲ ਨੈਣ ਜਗ ਤੇਸ ਜਗ ਦੇ ਈਸ਼ਵਰ ਕਮਲ ਸਿਰਖੇ ਨੇਤਰਾਵਾਲੇ ਧੰਗੁਰੂ ਨਾਨਕ ਸਾਹਿਬ ਨੂੰ ਕੋਲ ਬੁਲਾਇਆ ਹੈ ਕਬਿਤ ਭਇ ਹੋਇ ਹਿਸਾਬ ਜਬ ਭਨ ਤ ਨਬਾਬ ਤਬ ਜਿਸ ਵਲੇ ਹਿਸਾਬ ਹੋ ਗਿਆ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਬੁਲਾ ਕਰਕੇ ਨਵਾਬ ਇਉਂ ਬੇਨਤੀ ਕਰਦਾ ਹੈ ਲੀਜੇ ਨਿਜ ਬਾਕੀ ਆ ਬਕਾਰਪੁਨ ਕੀਜੀਏ ਮਹਾਰਾਜ ਜਿਹੜੀ ਤੁਹਾਡੀ ਬਾਕੀ ਪੈਸੇ ਬਧੇ ਹਨ ਇਹ ਲਓ ਤੇ ਮਹਾਰਾਜ ਮੋਦੀ ਖਾਨੇ ਦਾ ਕੰਮ ਤੁਸੀਂ ਹੋਰ ਕਰੋ ਅੱਗੇ ਦੇਵ ਧਨ ਔਰ ਤੁਮ ਰਹੋ ਇਹ ਠੌਰ ਤੁਸੀਂ ਇਸੇ ਥਾਂ ਤੇ ਰਹੋ ਮੈਂ ਤੁਹਾਨੂੰ ਹੋਰ ਧਨ ਦਿੰਦਾ ਹਾਂ ਜੀ ਵਾਧਾ ਹੋਏ ਜੋ ਬਹੌਰ ਬਿਨ ਦੇਰ ਔਰ ਲੀਜੀਏ ਫਿਰ ਜੋ ਵੀ ਕੰਮ ਕਰਕੇ ਤੁਹਾਡਾ ਵਾਧਾ ਹੋਵੇਗਾ ਸੋ ਦੇਰੀ ਨਹੀਂ ਕਰਾਂਗੇ ਬਿਨਾਂ ਦੇਰੀ ਤੋਂ ਤੁਸੀਂ ਆਪਣਾ ਵਾਧਾ ਲਈ ਜਾਓ ਜੀ ਬਾਬੇ ਤਬ ਕਹੀ ਧਨ ਲਿਵੋ ਅਬ ਨਹੀਂ ਸਤਿਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ ਕਹਿੰਦੇ ਰਾਜਾ ਸਾਹਿਬ ਹੁਣ ਮੈਂ ਤੁਹਾਡੇ ਇਹ ਪੈਸੇ ਲੈਣੇ ਨਹੀਂ ਹਨ ਜੋ ਬਾਕੀ ਸਭ ਰਹੀ ਤਾਂ ਕੀ ਬਾਤ ਜੋ ਸੁਣੀ ਜੀਏ ਤੇ ਜਿਹੜਾ ਵਾਧਾ ਤੁਹਾਡੇ ਵੱਲ ਮੇਰਾ ਹੁਣ ਰਹਿ ਗਿਆ ਨਾ ਉਹਦੀ ਗੱਲ ਈਉਂ ਸੁਣ ਲਓ ਮੇਰੇ ਕੋਲੋਂ ਰਾਖੀਏ ਇਮਾਨ ਥਾਏ ਆਪਣੂ ਨਿਬਾਬ ਰਾਈ اے ਰਾਜਾ ਨਵਾਬ ਜੀ ਤੁਸੀਂ ਆਪਣੇ ਧਰਮ ਦੇ ਖਾਤੇ ਦੇ ਵਿੱਚ ਇਹ ਮੇਰੇ ਪੈਸੇ ਰੱਖੋ ਸਾਡੇ ਪੈਸੇ ਹੈ ਖੁਦਾਏ ਕੇ ਫਕੀਰਨ ਕੋ ਦੀਜੀਏ ਇਹ ਪੈਸੇ ਕਹਿੰਦੇ ਖੁਦਾ ਦੇ ਨਹੀਂ ਆ ਵੀ ਖੁਦਾ ਰੂਪ ਹਨ ਕਹਿੰਦੇ ਖੁਦਾ ਦੇ ਪੈਸੇ ਨੇ ਤੇ ਖੁਦਾ ਦੇ ਫਕੀਰਾਂ ਨੂੰ ਤੂੰ ਵੰਡ ਦਵੀ ਇਹ ਹੁਣ ਅਸੀਂ ਨਹੀਂ ਲੈਣੇ ਹਨ ਸਵਈਆ ਨਾਨਕ ਜੀ এব ਅਨੰਤੇ ਤਨ ਸਹਿਬਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਤੇਉ ਬਚਨ ਕਰਕੇ ਪੀਨ ਥਾਨ ਮਸਾਨਨ ਕੇ ਚਲ ਆਈ ਆਪੋ ਸੋ ਇਕਾਂਤ ਥਾਂ ਤੇ ਸੋ ਸਚਖੰਡ ਵਾਸੀ ਬ੍ਰਹਮ ਗਾਨੀ ਸੰਤ ਬਾਬਾ ਜਵਾਲਾ ਸਾਹਿਬ ਜੀ ਕਹਿੰਦੇ ਖਮੋਸ਼ਾਂ ਦਾ ਮਹੱਲਾ ਕਹਿੰਦੇ ਉੱਥੇ ਜਾ ਕੇ ਬਸੇ ਹਨ گور ਮਰੀਨ ਮਹਿ ਬੈਸ ਗਈ ਤਾਂ ਸਤਿਗੁਰੂ ਪਾਤਸ਼ਾਹ ਸੋ ਇੱਥੇ ਕੰਬਰਾਂ ਨੇ ਮੜੀਆਂ ਨੇ ਉੱਥੇ ਜਾ ਕੇ ਬੈਠੇ ਹਨ ਤੇ ਕਵੀ ਜੀ ਨੇ ਜ਼ਿਕਰ ਕੀਤਾ ਹੈ ਜਦ ਸਤਿਗੁਰੂ ਪਾਤਸ਼ਾਹ ਜੀ ਗਏ ਨੇ ਤਾਂ ਜਿਸ ਮੜੀ ਦਾ ਕੰਬਰ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਚਰਨ ਟਿਕਦਾ ਹੈ ਉਹ ਨਰਕਾਂ ਵਿੱਚ ਪਏ ਹੋਏ ਜੀਵ ਜਿਹੜੇ ਸਭ ਸੱਚਖੰਡ ਨੂੰ ਗਏ ਇਓ ਭਾਗ ਲਾਏ ਨੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਦਰਵੇਸ ਕੋ ਬੇਸ ਸਰੀਰ ਬਣਾਏ ਸਰੀਰ ਦੇ ਉੱਤੇ ਮਹਾਰਾਜ ਨੇ ਫਕੀਰਾਂ ਵਾਲਾ ਵੇਸ ਬਣਾਇਆ ਹੋਇਆ ਹੈ ਲਾਇ ਸਮਾਦ ਅਗਾਦ ਆਬਾਦ ਕੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੋ ਉਸ ਜਗ੍ਹਾ ਤੇ ਬੈਠ ਕਰਕੇ ਆਪ ਡੂੰਗੀ ਸਮਾਧੀ ਵਿੱਚ ਟਿਕ ਗਏ ਹਨ ਪੁਰਬ ਰੂਪ ਅਨੂਪ ਬਸਾਏ ਮੇਰੇ ਸਤਿਗੁਰੂ ਜੀ ਨੇ ਉਪਮਾ ਤੋਂ ਰਹਿਤ ਜੋ ਆਪਣਾ ਪੁਰਬ ਪਹਿਲਾ ਰੂਪ ਹੈ ਨਿਰਗੁਣ ਦਾ ਉਸ ਨੂੰ ਮੇਰੇ ਸਤਿਗੁਰੂ ਪਾਛ ਨੇ ਹਿਰਦੇ ਚ ਵਸਾਇਆ ਹੈ ਆਪੇ ਜਪੋ ਆਪਣਾ ਜਾਪ ਜਾਹੇ ਆਰਾਧਨ ਕੇ ਫਲ ਲੱਦ ਹੈ ਤੋ ਜਿਸ ਦੀ ਅਰਦਾਸਾ ਕਰਕੇ ਸੋ ਮਨੁ ਬਾੰਛਤ ਫਲ ਜਿਹੜੇ ਲੱਭਦੇ ਪ੍ਰਾਪਤ ਹੁੰਦੇ ਹਨ ਆਦ ਉਪਾਦ ਵਿਆਦ ਮਿਟਾਈ ਜਿਸ ਦੇ ਧਿਆਨ ਕਰਨ ਦੇ ਨਾਲ ਆਧੀਆਂ ਵਿਆਧੀਆਂ ਉਪਾਧੀਆਂ ਜੜੀਆਂ ਨੇ ਮਿਟ ਜਾਂਦੀਆਂ ਨੇ ਤਿੰਨੇ ਤਾਂ ਆਪ ਨੇ ਆਧਿ ਸੋ ਮਨ ਦੇ ਵਿਕਾਰ ਹੁੰਦੇ ਨੇ ਸੋ ਵਿਆਦੀ ਸਰੀਰ ਦੇ ਰੋਗ ਉਪਾਧੀ ਜੋ ਕੋਈ ਅਚਨ ਚਿਤ ਪੈ ਜਾਂਦੇ ਸਭ ਦੂਰ ਹੋ ਜਾਂਦੇ ਹਨ ਦੋਹਰਾ ਸਭ ਪਰਿਵਾਰ ਕਿਰਤ ਦੇਖ ਕੇ ਸਾਰੇ ਪਰਿਵਾਰ ਨੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਇਹੋ ਜੀ ਕਿਰਤ ਨੂੰ ਕੰਮ ਨੂੰ ਦੇਖਿਆ ਹੈ ਤਾਂ ਠਟਕ ਰਹੇ ਮਨ ਮਾਹੀ ਸਾਰੇ ਹੀ ਮਨ ਵਿੱਚ ਡਰ ਗਏ ਨੇ ਰੁਕ ਗਏ ਹਨ ਨਿਕਟ ਜਾਏ ਤੂੰ ਸੁਨ ਰਹੀ ਤੂੰ ਜੜਬ ਕੋਈ ਜਾਂਦਾ ਹੈ ਗੁਰੂ ਸਾਹਿਬ ਜੀ ਚੋਪੀ ਰਹਿੰਦੇ ਹਨ ਬੋਲ ਸਖਤ ਕਛ ਨਾਹੀ ਨਾ ਕੋਈ ਗੁਰੂ ਸਾਹਿਬ ਜੀ ਨਾਲ ਬੋਲ ਸਕਦਾ ਨਾ ਕੁਝ ਕਹਿ ਸਕਦਾ ਹੈ ਤਬ ਜੈ ਰਾਮ ਦੁਕਾਨ ਕੀ ਸਦੋਂ ਜੈ ਰਾਮ ਜੀ ਨੇ ਦੁਕਾਨ ਤੇ ਹਟਸੱਬ ਤੇ ਆਣ ਕੇ ਸੋਜ ਸਮਾਰੀ ਆਨ ਸਾਰੀ ਸਮੱਗਰੀ ਜਿੰਨੀ ਕ ਸੀ ਕਿਉਂਕਿ ਕਬੀ ਜੀ ਨੇ ਜ਼ਿਕਰ ਕੀਤਾ ਹੈ ਕਿ ਸਤਗੁਰੂ ਪਾਤਸ਼ਾਹ ਜੀ ਬੈੰਦੇ ਸਨ ਤੇ ਨੌ ਰਿੱਧੀਆਂ 18 ਸਿੱਧੀਆਂ ਵਾਸਾ ਕਰਦੀਆਂ ਸਨ ਕੋਲ ਖੜੋ ਕੇ ਗੁਰੂ ਸਾਹਿਬ ਜੀ ਨੇ ਹਟਸੱਬ ਲੁੱਟਾਇਆ ਭਈ ਜੋ ਗਰੀਬ ਹੈ ਫਕੀਰ ਹੈ ਜਿੰਨਾ ਜਿੰਨਾ ਕੁਝ ਤੁਹਾਡੇ ਕੋਲ ਚੱਕਿਆ ਜਾਂਦਾ ਲੈ ਜਾਓ ਪਰ ਉਹ ਢੇਰ ਮੁੱਕੇ ਨਹੀਂ ਗੁਰੂ ਸਾਹਿਬ ਦੇ। ਭਈ ਜਾਇਰਾਮ ਜੀ ਨੇ ਆਣ ਕਰਕੇ ਜਿੰਨਾ ਸਾਜੋ ਸਮਾਨ ਸੀ ਸਾਰਾ ਇਕੱਤਰ ਕੀਤਾ ਹੈ। ਸਭ ਹੈ ਸਲਖਣੀ ਢਿਗ ਦੀ ਦਈ। ਅਦੋਂ ਸਤਿਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਾਡੇ ਮਾਤਾ ਸਲਖਣੀ ਜੀ ਦੇ ਕੋਲ ਸਾਰਾ ਸਾਜੋ ਸਮਾਨ ਭੇਜ ਦਿੱਤਾ ਹੈ। ਕਸ ਵਿਦ ਬਚਨ ਬਖਾਨ ਤੇ ਇਸ ਤਰੀਕੇ ਦੇ ਨਾਲ ਬਚਨ ਕੀਤੇ ਹਨ। 300 ਬਸ ਹਮਰੋ ਨਾ ਕਸ਼। ਉਹ ਕਹਿਣ ਲੱਗੇ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਸਾਡਾ ਕੋਈ ਵਸ ਨਹੀਂ ਚੱਲਦਾ ਹੈ। ਸੁਨ ਸ ਆਦਿਵੇ ਧਾਰ ਤੀਰ ਹੈ ਬੀਬਾ ਜੀ ਤੁਸੀਂ ਸਰਬਨ ਕਰੋ ਧੀਰਜ ਧਾਰਨ ਕਰਕੇ ਸਿਮਰਹੁ ਨਿਸ ਬਾਸਰ ਰਿਦੈ ਇੰਦ ਕਰੋ ਦਿਨੇ ਰਾਤ ਤੁਸੀਂ ਗੁਰੂ ਨਾਨਕ ਮਹਾਨ ਨੂੰ ਯਾਦ ਕਰੋ ਪਰਮੇਸ਼ਰ ਰੂਪ ਹਨ ਭਲੇ ਕਰੇ ਰਗ ਬੀਰ ਮੇਰਾ ਵਾਹਿਗੁਰੂ ਪਰਮੇਸ਼ਰ ਫਿਰ ਭਲੀ ਕਰੇਗਾ ਜੀ ਸਵਈਆ ਲੋਕ ਬਿ ਲੋਕਤ ਆਣ ਕੇਉ ਤੋ ਕੁਝ ਲੋਕ ਆਣ ਕਰਕੇ ਦਰਸ਼ਨ ਕਰਦੇ ਹਨ ਸਹਿ ਸੋਕ ਜੈ ਰਾਮ ਸੋ ਜਾਏ ਜਨਾਵੇ ਤੇ ਬੜੇ ਚਿੰਤਾ ਬਸ ਹੋ ਕਰਕੇ ਜੈ ਰਾਮ ਜੀ ਨੂੰ ਜਾ ਕਰਕੇ ਇਉਂ ਸੁਣਾਉਂਦੇ ਹਨ ਜਾਣੀ ਨਾ ਜਾਏ ਭਈ ਗਤ ਕਿਆ ਤੋ ਕਹਿੰਦੇ ਜਾਣੇ ਜਾਂਦਾ ਵੀ ਇਹ ਗੁਰੂ ਸਾਹਿਬ ਦੀ ਇਹੋ ਜੀ ਹਾਲਤ ਗਤੀ ਕਿਉਂ ਹੋਈ ਐ ਉਦਿਆਨ ਰਹੇ ਪਰ ਪਾਏ ਨਾ ਪਾਵੇਂ ਮੇਰੇ ਸਤਿਗੁਰੂ ਪਾਤਸ਼ਾਹ ਜੰਗਲ ਉਦਾ ਉਜਾੜ ਵਿੱਚ ਰਹਿੰਦੇ ਨੇ ਤੇ ਨਗਰੀ ਦੇ ਵਿੱਚ ਦਾ ਚਰਨ ਪਾਉਂਦੇ ਹੀ ਨਹੀਂ ਹਨ ਉਸ ਭਈ ਫਰਮੋਸ ਰਿਦੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਲੋਕਾਂ ਨੂੰ یوں ਪ੍ਰਤੀਤ ਹੁੰਦਾ ਹੈ ਕਿ ਮਹਾਰਾਜ ਦੀ ਜਿਹੜੇ ਹੋਸ਼ ਪਰਮੋਸ਼ ਹੋ ਗਈ ਹੈ ਭਾਵ ਕਿ ਗੁਰੂ ਪਾਤਸ਼ਾਹ ਜੀ ਨੇ ਹੋਸ਼ ਮਹਾਰਾਜ ਦੀ ਸੋਝੀ ਸਮਝ ਜੜੀ ਉਹ ਠੀਕ ਨਹੀਂ ਰਹੀ ਇੰਉਂ ਸੋਚਦੇ ਹਨ ਨਹਿ ਗੋਸ ਸੁਨੇ ਮਨ ਜੋਸ਼ ਨ ਆਵੇ ਨਾ ਕੰਨਾਂ ਵਿੱਚ ਕਿਸੇ ਦੀ ਗੱਲ ਸੁਣਦੇ ਨੇ ਨਾ ਕੋਈ ਗੱਲ ਸੁਣ ਕੇ ਮਨ ਨੂੰ ਜੋਸ਼ ਆਉਂਦਾ ਹੈ ਕਿ ਆਪ ਜੀ ਕੁਝ ਸੁਣ ਕਰਕੇ ਜਵਾਬ ਦੇਣ ਬੋਲਤ ਬੋਲ ਨ ਕਾਹੂ ਬਲੋ ਕਹ ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨਾ ਕਿਸੇ ਦੇ ਨਾਲ ਬਚਨ ਬੋਲਦੇ ਨਾ ਨਾ ਕਿਸੇ ਮਲ ਤੱਕਦੇ ਹਨ ਨਾ ਕਿਸ ਲੋਕ ਸੋਂ ਭੇਦ ਬਤਾਵੇ ਤੇ ਨਾ ਹੀ ਕਿਸੇ ਨੂੰ ਕੋਈ ਆਪਣਾ ਭੇਦ ਦੱਸਦੇ ਹਨ ਜਿਹੜਾ ਹੈ ਹੀ ਅ ਭੇਦ ਰੂਪ ਹੈ ਉਹਦਾ ਭੇਦ ਕੌਣ ਪਾਏਗਾ ਮਾਨਵ ਭੇਵ ਨ ਜਾਣਵ ਤੋ ਮਨੁਖੋ ਜਿਹੜਾ ਭੇਦ ਨਹੀਂ ਜਾਣ ਸਕਦੇ ਹਨ ਜੋ ਮਨ ਆਵਨ ਸੋ ਨਿਜ ਕੀ ਸਠ ਤਾਈ ਤੋ ਜੋ ਵੀ ਆਪੋ ਆਪਣੇ ਮਨ ਚ ਆਉਂਦਾ ਹੈ ਆਪਣੀ ਮੂਰਖਤਾ ਹੀ ਪ੍ਰਗਟ ਕਰਦੇ ਹਨ ਕੋ ਉਕਤੰ ਕਸ਼ ਕੋ ਬਰਕਤ ਬਕਤੰ ਕਸ਼ ਕੋਈ ਕੁਛ ਕਹਿੰਦਾ ਕੋਈ ਕੁਛ ਮੂੰਹ ਤੋਂ ਬਖਦਾ ਹੈ ਬਾਬਰ ਭਾ ਕਿਦੋਂ ਭੂਤ ਲਗਾਈ ਹੋ ਕਹਿੰਦੇ ਆ ਵੀ ਮਹਾਰਾਜ ਕਮਲੇ ਹੋ ਗਏ ਨੇ ਬੌਰੇ ਹੋ ਗਏ ਹਨ ਕੋਈ ਕਹਿੰਦੇ ਕੋਈ ਭੂਤ ਚੰਬਣ ਗਿਆ ਦੁਨੀਆ ਜਿਹੋ ਜਿਹੇ ਮੂੰਹ ਉਹੋ ਜੀਆਂ ਗੱਲਾਂ ਕਰਦੇ ਹਨ ਨਾਨਕੀ ਏਕ ਰਹੀ ਉਰ ਮੈਂ ਥਿਰ ਮਾਤਾ ਬੀਬੇ ਨਾਨਕੀ ਜੀ ਆਪਣੇ ਮਨ ਵਿੱਚ ਟਿਕੇ ਰਹੇ ਉਹ ਅਡੋਲ ਹਨ ਡੋਲੇ ਨਹੀਂ ਹਨ ਮੇਰ ਸਮਾਨ ਸੋਏ ਡੁਲਾਈ ਸ਼ਮੇਰ ਪਰਬਤ ਦੀ ਨਿਆਈਂ ਸੋ ਡੋਲੇ ਨਹੀਂ ਆਪਣਾ ਚਿੱਤ ਟਕਾ ਕੇ ਥਿਰ ਰੱਖਿਆ ਹੋਇਆ ਹੈ ਨਾਨਕ ਕੀ ਕਿਰਤ ਬਿਗ ਹੈ ਬਾਤ ਸੀ ਸੋ ਤਨ ਗੁਰੂ ਨਾਨਕ ਮਹਾਰਾਜ ਦਾ ਇਹ ਜਿਹੜਾ ਕੌਤਕ ਹੈ ਇਹ ਇਉਂ ਹੈ ਜਿਵੇਂ ਤੇਜ਼ ਹਵਾ ਚੱਲਦੀ ਹੋਵੇ ਪਾਤ ਉੱਡੇ ਨਰ ਸੋਨਾ ਉਡਾਈ ਤੋ ਜਿਵੇਂ ਹਨੇਰੀ ਆਉਂਦੀਆਂ ਦਾ ਪੱਤੇ ਉੱਡ ਜਾਂਦੇ ਨੇ ਸੋ ਪੱਤਿਆਂ ਦੀ ਨਿਆਈ ਜੀਵਾਂ ਦੇ ਮਨ ਤਾਂ ਸਾਰਿਆਂ ਦੇ ਉੱਡ ਗਏ ਹਿੱਲ ਗਏ ਹਨ ਪਰ ਗੁਰੂ ਸਾਹਿਬ ਜੀ ਟਿਕ ਹਨ ਟਿਕੇ ਨੇ ਬੇਬੇ ਨਾਨਕੀ ਜੀ ਦਾ ਮਨ ਆਪ ਆਪਣਾ ਕਿਸੇ ਪ੍ਰਕਾਰ ਡੋਲਿਆ ਹੈ ਦੋਹਰਾ ਪ੍ਰਾਤ ਕਰੇ ਸੋਈ ਭਲੀ ਕਿਉਂਕਿ ਮਨ ਚ ਵਿਸ਼ਵਾਸ ਹੈ ਮੇਰੇ ਭਰਾਤਾ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਜੋ ਕਰਨ ਉਹੋ ਹੀ ਭਲਾ ਹੈ ਬਨੈ ਨਾ ਕਹਿਨ ਹਮਾਰ ਸਾਡਾ ਕੁਝ ਵੀ ਕਹਿਣਾ ਨਹੀਂ ਬਣਦਾ ਹੈ ਹੋਵੈ ਅਲਪੱਗ ਸਰਬੱਗ ਕੀ ਕੋ ਕਹਿੰਦੇ ਜਿਹੜਾ ਆਪ ਤਾਂ ਅਗਿਆਨੀ ਹੋਵੇ ਤੇ సర్వగ్ ਜੋ ਸਰਬਕਲਾ ਸਮਰੱਥ ਹੈ ਉਸ ਦੀ ਮਿਟਹਿ ਕਿਰਤ ਗੁਵਾਰ ਜਿਹੜਾ ਸਰਬਕਲਾ ਸਮਰੱਥ ਦੀ ਸੋ ਕਿਰਤ ਨੂੰ ਕੋ ਮਿਟਣ ਦੀ ਕੋਸ਼ਿਸ਼ ਕਰੇ ਉਹ ਬੇਸਮਝ ਹੁੰਦਾ ਹੈ ਇਉਂ ਬੇਬੇ ਨਾਨਕੀ ਜੀ ਸੋਚਦੇ ਹਨ ਕਿ ਮੇਰੇ ਭਰਾਤਾ ਗੁਰੂ ਨਾਨਕ ਪਰਮੇਸ਼ਰ ਦਾ ਰੂਪ ਹਨ ਉਹ ਜੋ ਵੀ ਕਰਦੇ ਨੇ ਦੁਨੀਆ ਦੇ ਭਲੇ ਵਾਸਤੇ ਕਰਦੇ ਹਨ ਉਸ ਨੂੰ ਜੋ ਕੋਈ ਮੀਟਣ ਦੀ ਕੋਸ਼ਿਸ਼ ਕਰਦਾ ਉਹ ਬੇਸਮਝ ਹੁੰਦਾ ਹੈ ਦੋਹਰਾ ਸ੍ਰੀ ਗੁਰ ਪਗ ਕੋ ਪ੍ਰੇਮ ਜੋ ਤੋ ਕਵੀ ਜੀ ਇਸ ਪ੍ਰਕਾਰ ਅਗਲਾ ਪ੍ਰਸੰਗ ਸ਼ੁਰੂ ਕਰਦੇ ਹਨ ਕਹਿੰਦੇ ਨੇ ਵੀ ਤਨ ਮੇਰੇ ਸਤਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਜਿਹੜਾ ਪ੍ਰੇਮ ਹੈ ਉੱਜਲ ਸਰਸਮਰਾਲ ਹੰਸਾਂ ਵਰਗਾ ਪਵਿੱਤਰ ਹੈ ਜਾਂ ਜਿਹੜੇ ਮੇਰੇ ਧਨ ਸਤਗੁਰੂ ਪਾਸ਼ਾ ਦੇ ਚਰਨਾਂ ਦੇ ਪ੍ਰੇਮੀ ਗੁਰਮੁਖ ਗੁਰਸਿੱਖ ਹਨ ਉਹ ਹੰਸਾਂ ਵਰਗੇ ਹਨ ਅਵਗੁਣ ਪਹਿ ਰਹੇ ਗੁਣ ਗ੍ਰਹੀ ਇਸ ਪ੍ਰਕਾਰ ਔਗਣਾਂ ਨੂੰ ਪਰਹਰ ਤਿਆਗ ਕਰਕੇ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਹਨ ਬਸੋ ਮੋਹੇ ਮਨ ਤਾਲ ਮੇਰੇ ਮਨ ਰੂਪ ਸਰੋਵਰ ਤੇ ਐਸੇ ਹੰਸ ਰੂਪ ਵੇ ਵਾਹਿਗੁਰੂ ਦੇ ਪ੍ਰੇਮ ਜਾਂ ਗੁਰਮੁਖ ਜਨਮੇ ਹਿਰਦੇ ਚ ਵਸੋ ਤੇ ਮੈਨੇ ਕੋਲੋਂ ਗੁਰੂ ਪਾਸ਼ਾ ਦਾ ਜਸ ਲਖਾਓ ਜੀ ਸ੍ਰੀ ਬਾਲਾ ਸੰਦਰ ਬਾਚ ਸ੍ਰੀ ਬਾਲਾ ਜੀ ਸੰਧੂ ਗੋਤ ਵਾਲੇ ਅਵਾਜ਼ ਕਥਨ ਕਰਦੇ ਹਨ ਦੁਹਰਾ ਨਿਜ ਪ੍ਰਤਕੂਲ ਬਲੋ ਬਲੋਕ ਕੈ ਆਪਣੇ ਤੋਂ ਉਲਟਾ ਵੇਖ ਕਰਕੇ ਬੋਲ ਸਲਖਣੀ ਦਾਸ ਤੋ ਸਾਡੇ ਮਾਤਾ ਸਲਖਣੀ ਜੀ ਨੇ ਆਪਣੇ ਸੇਵਕ ਨੂੰ ਕੋਲ ਬੁਲਾਇਆ ਹੈ ਸਮਝਾਈ ਸਭ ਬਾਰਤ ਸੁਣੋ ਜੋ ਵੀ ਗੁਰੂ ਨਾਨਕ ਸਾਹਿਬ ਦਾ ਕਉਤਕ ਹੈ ਇਹ ਸਾਰਾ ਹੀ ਸੇਵਕ ਨੂੰ ਸਮਝਾ ਦਿੱਤਾ ਹੈ ਲੈ ਹਰ ਪਠਾਏ ਆਵਾਸ ਆਪਣੇ ਪੇਕੇ ਘਰ ਵਿੱਚ ਸੋ ਮੂਲ ਚੰਦ ਜੀ ਹੁਣਾਂ ਦੇ ਕੋਲ ਇਸ ਪ੍ਰਕਾਰ ਭੇਜ ਦਿੱਤਾ ਸੇਵਕ ਨੂੰ ਸੁਨੇਹਾ ਦੇ ਕੇ ਮੂਲਾ ਸੁਨਤ ਕੁਢਾਲ ਕੋ ਜਦੋਂ ਮੂਲ ਚੰਦ ਜੀ ਨੇ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਮਰਜ਼ਾਦਾ ਨੂੰ ਸੁਣਿਆ ਹੈ ਤਾਂ ਆਵਤ ਭਇਓ ਉਤਾਲ ਬੜਾ ਕਾਲੀ ਨਾਲ ਇਸ ਪ੍ਰਕਾਰ ਸੋ ਆਇਆ ਹੈ ਇੱਥੇ ਸੁਲਤਾਨਪੁਰ ਸਾਹਿਬ ਗਿੰਤ ਗਟੇ ਔਰ ਅਟਪਟੀ ਮਨ ਦੇ ਵਿੱਚ ਅਡ ਪਟੀਆਂ ਕਈ ਪ੍ਰਕਾਰ ਦੀਆਂ ਗਿਣਤੀਆਂ ਵਿਚਾਰਾਂ ਸੋਚਦਾ ਹੈ ਪਾਵਤ ਕਸ਼ਟ ਵਿਸਾਲ ਮੰਡਾ ਭਾਰੀ ਕਸ਼ਟ ਦੁੱਖ ਜਿਹੜਾ ਹੈ ਮਨ ਵਿੱਚ ਪ੍ਰਾਪਤ ਕਰਦਾ ਹੈ ਜੀ ਨਿਜ ਪ੍ਰਬੁੱਧ ਨਿਜ ਪਰੋਦਾ ਇੱਕ ਸੰਗਲੇ ਆਪਣਾ ਇੱਕ ਪ੍ਰੋਹਤ ਸੀ ਪੰਡਤ ਉਸ ਨੂੰ ਇਹ ਨਾਲ ਲਿਆ ਹੈ ਆਵਾ ਪੁਰਸ ਸੁਲਤਾਨ ਸ੍ਰੀ ਸੁਲਤਾਨਪੁਰ ਸਾਹਿਬ ਵਿੱਚ ਪਹੁੰਚ ਗਏ ਹਨ ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ ਜੀ ਸਹਿਤ ਨੇਹ ਕੇ ਸੁਤਾ ਸੋ ਬੜੇ ਪ੍ਰੇਮ ਦੇ ਨਾਲ ਆਪਣੀ ਸੁਪਤਰੀ ਸਾਡੇ ਜੰਗਤ ਮਾ ਸੁਲਖਣੀ ਜੀ ਦੇ ਨਾਲ ਕੁਲਾਨ ਬੜਾ ਕਮਰਾ ਕਰਕੇ ਆਣ ਕਰਕੇ ਮਿਲਿਆ ਹੈ ਘਰ ਵਿੱਚ ਸਵਈਆ ਮਿਲ ਬੈਸ ਗयो ਜਬ ਬੂਜਤ ਭਾ ਤਬ ਜਦੋਂ ਕੋਲ ਆਣ ਕਰਕੇ ਪ੍ਰੇਮ ਨਾਲ ਬੈਠਾ ਤਾਂ ਪੁੱਛਦਾ ਹੈ ਸਾਰੀ ਗੱਲ ਨੂੰ ਬਾਤ ਬਖਾਨ ਕਰੀ ਪਿਤ ਪਾਸੂ ਸਾਰੀ ਗੱਲ ਜਿਹੜੀ ਸੀ ਆਪਣੇ ਪਿਤਾ ਜੀ ਨੂੰ ਇਸ ਪ੍ਰਕਾਰ ਮਾਤਾ ਸੁਲਖਣੀ ਜੀ ਨੇ ਸਾਰੀ ਦੱਸੀ ਹੈ ਪਤ ਵੇਖ ਫਕੀਰ ਸਰੀਰ ਤਰਾ ਹੋ ਇਸ ਪ੍ਰਕਾਰ ਕੇ ਮੇਰੇ ਪਤੀ ਦੇਵ ਗੁਰੂ ਨਾਨਕ ਮਹਾਰਾਜ ਨੇ ਫਕੀਰਾਂ ਵਾਲਾ ਬੇਸਰੀਰ ਦੇਦ ਧਾਰਨ ਕੀਤਾ ਹੋਇਆ ਹੈ ਧਨ ਦੀਨ ਲੁਟਾਏ ਕੈ ਸ਼ੋਰ ਅਵਾਸੂ ਘਰ ਨੂੰ ਛੱਡ ਦਿੱਤਾ ਹੈ ਜੋ ਕੁਛ ਧਨ ਦੌਲਤ ਸੀ ਹੱਟ ਸਾਹਿਬ ਤੇ ਉਹ ਸਭ ਇਹਨਾਂ ਨੇ ਲੁਟਾ ਦਿੱਤੀ ਗਰੀਬਾਂ ਨੂੰ ਫਕੀਰਾਂ ਨੂੰ ਤਿੰਨ ਤੀਨ ਰਹੇ ਮਦ ਨੀਰ ਨਦੀ ਪਰ ਨਦੀ ਦੇ ਵਿੱਚ ਤਿੰਨ ਦਿਨ ਮਹਾਰਾਜ ਪਾਣੀ ਦੇ ਵਿੱਚ ਹੀ ਅਲੋਪ ਰਹੇ ਹਨ ਪੁਨ ਤੀਰ ਆਏ ਆਏ ਨਾ ਛੋਇਓ ਜਲ ਜਾਸੂ ਤੇ ਫਿਰ ਜਲ ਦੇ ਵਿੱਚੋਂ ਬਾਹਰ ਨਿਕਲਨੇ ਤੇ ਸਰੀਰ ਨੂੰ ਜਲ ਛੋਇਆ ਤੱਕ ਨਹੀਂ ਕੋਈ ਨੁਕਸਾਨ ਨਹੀਂ ਕੀਤਾ ਹੈ ਥਲ ਗੋਰ ਮੜੀ ਮਹਿ ਆਸਨ ਕੀਨ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਾ ਕੇ ਮੜੀਆਂ ਤੇ ਕਬਰਾਂ ਦੇ ਵਿੱਚ ਜਾ ਕਰਕੇ ਆਸਨ ਲਾ ਲਿਆ ਹੈ ਜੀ ਕਹੇ ਨਾ ਸੁਨੇ ਜੋ ਭਨੇ ਕਸ ਤਾਸੂ ਜਿਹੜਾ ਵੀ ਕੋਈ ਜਾ ਕਰਕੇ ਉਹਨਾਂ ਨੂੰ ਕੋਈ ਗੱਲ ਕਹਿੰਦਾ ਹੈ ਨਾ ਕਹੇ ਦੀ ਸੁਣਦੇ ਨੇ ਨਾ মুখ ਤੋਂ ਆਖਦੇ ਹਨ ਜਾਪਈ ਸੁਨ ਤਨ ਜਾ ਬਾਣੀ ਨਿਜ ਕੰਨ ਓਹ ਮਹਾਰਾਜ ਇਸ ਪ੍ਰਕਾਰ ਕਹਿਣ ਲੱਗੇ ਹੈ ਸੁਪਤਰੀ ਤथा ਸੁਣ ਤਾ ਪੁੱਤਰੀ ਦੇ ਬਚਨ ਸੁਣ ਕਰਕੇ ਭਾਇਓ ਕਰੋਧ ਮੈਂ ਬਹੁ ਗਲਤਾਨਾ ਮਨਾ ਭਾਰੀ ਕਰੋਧ ਦੇ ਬਸ ਹੋ ਗਏ ਹਨ ਮਾਤਾ ਸੁਲਖਣੀ ਦੇ ਪਿਤਾ ਜੀ ਫਰਕਤ ਅਦਰ ਲਾਲ ਕੀਏ ਨੈਨਾ ਅੱਖਾਂ ਲਾਲ ਕਰ ਲਈਆਂ ਨੇ ਹੋਠ ਗੁੱਸੇ ਨਾਲ ਫਰਕਦੇ ਹਨ ਮੁਖ ਤੇ ਬਹੁ ਬੋਲਤ ਦੁਰ ਬੈਨਾ ਬਹੁਤ ਮਾੜੇ ਬਚਨ ਮੁਖ ਤੋਂ ਬੋਲੇ ਹਨ ਦਰਬ ਲੁਟਾਵਨ ਕੀ ਸੁਧ ਸੁਨ ਕੇ ਜਦੋਂ ਇਹ ਗੱਲ ਸੁਣੀ ਵੀ ਜਿੰਨਾ ਧਨ ਸੀ ਤੇ ਜੋ ਸਾਜੂ ਸਮਾਨ ਹੱਟ ਸਾਹਿਬ ਤੇ ਸੀ ਮਹਰ ਨੇ ਸਭ ਲੁਟਾ ਦਿੱਤਾ ਇਹ ਗੱਲ ਸੁਣ ਕਰਕੇ ਸਹਿ ਨ ਸਕਿਓ ਗਮਨਿਓ ਸਿਰ ਧੁਨ ਕੈ ਮੜਾ ਸਿਰ ਹਲੂਣ ਕੇ ਪਛਤਾਉਂਦਾ ਹੋਇਆ ਗਿਆ ਗੁਰੂ ਸਾਹਿਬ ਜੀ ਵੱਲ ਨੂੰ 베ਦੀ ਕੁਲ ਕੋ ਕਲਸ ਸੁਹਾਵਨ ਜਿੱਥੇ 베ਦੀ ਕੁਲ ਦੇ ਸ਼ਰੋਮਣੀ ਤੁਹਾਨੂੰ ਗੁਰੂ ਨਾਨਕ ਮਹਾਰਾਜ ਸ਼ੋਭਾ ਪਾ ਰਹੇ ਸਨ ਜਹ ਬੈ ਸੇ ਜਨ ਕੀਰਤ ਪਾਵਨ ਜਿਨ੍ਹਾਂ ਦੀ ਇਸ ਪ੍ਰਕਾਰ ਕੀਰਤੀ ਜਸ ਬੜਾ ਪਵਿੱਤਰ ਹੈ ਉੱਥੇ ਪਹੁੰਚ ਗਿਆ ਤਹਾਂ ਆਏ ਬੋਲਿਓ ਦੁਰਬਾਨੀ ਉੱਥੇ ਆਣ ਕਰਕੇ ਤੋ ਸੰਸਾਰਾ ਕਰਮਵਿਰਤੀ ਵਿੱਚ ਮਾੜੇ ਬਚਨ ਬੋਲੇ ਹਨ ਤੂੰ ਜਨਮਿਉ ਹਾਨੀ ਕੁਲ ਕਾਨੀ ਤੁਸੀਂ ਕਹਿੰਦੇ ਇਸ ਪ੍ਰਕਾਰ ਜੋ ਅਵਤਾਰ ਧਾਰਨ ਕੀਤਾ ਹੈ ਨਾ ਇਸ ਭਰਾ ਪਏ ਆਪਣੇ ਕੁਲ ਦੀ लाज ਨੂੰ ਕਹਿੰਦੇ ਨੁਕਸਾਨ ਪਹੁੰਚਾਉਣ ਵਾਲਾ ਤੁਸੀਂ ਜਨਮ ਧਾਰਿਆ ਹੈ ਮਾਤ ਪਿਤਾ ਕੀ ਦਾਹਤ ਛਾਤੀ ਮਾਤਾ ਪਿਤਾ ਦੀ ਛਾਤੀ ਨੂੰ ਤੁਸੀਂ ਸਾੜਿਆ ਹੈ ਪਾਪ ਦੁਖੀ ਕੀਤਾ ਹੈ ਅਸਤੇ ਤੂੰ ਘਨ ਧਨ ਘਾਤੀ ਤੋ ਛੋਟੀ ਉਮਰ ਤੋਂ ਹੀ ਤੁਸੀਂ ਧਨਦਾਨ ਕਰਨ ਵਾਲੇ ਹੋ ਦੋਹਰਾ ਬਿਨ ਗੁਣ ਪਰਖੇ ਬਿਨ ਪਿਖੇ ਸੁਤਾ ਕੀਨ ਸੰਬੰਧ ਮੈਂ ਨਾ ਤੁਹਾਨੂੰ ਦੇਖੇ ਤੋਂ ਬਿਨਾ ਤੁਹਾਡੇ ਗੁਣਨ ਪਰਖੇ ਤੋਂ ਬਿਨਾ ਹੀ ਆਪਣੀ ਪੁੱਤਰੀ ਦਾ ਰਿਸ਼ਤਾ ਤੁਹਾਡੇ ਨਾਲ ਜੋ ਕੀਤਾ ਹੈ ਤਦ ਕੋ ਮੈਂ ਦੁੱਖ ਪਾਏ ਹਾਂ ਉਦੋਂ ਦਾ ਕਹਿੰਦਾ ਮੈਂ ਦੁਖੀ ਹੀ ਹੋ ਰਿਹਾ ਹਾਂ ਸੁਖ ਨਾ ਪਿਖਿਓ ਭੇ ਸੰਦ ਤੋ ਕਹਿੰਦੇ ਤੁਹਾਡੇ ਨਾਲ ਸੰਬੰਧ ਬਣ ਗਿਆ ਕਹਿੰਦੇ ਮੈਂ ਸੁਖ ਨਹੀਂ ਵੇਖਿਆ ਹੈ ਚੌਪਈ ਪਿਤਾ ਸਮਾਨ ਜਾਨ ਗੁਣ ਐਨ ਗੁਰੂ ਕ੍ਰਿਪਾ ਦੇ ਖਜ਼ਾਨੇ ਗੁਰੂ ਸਾਹਿਬ ਨੇ ਪਿਤਾ ਜੀ ਦੇ ਸਮਾਨ ਜਾਣ ਕੇ ਸਹੁਰਾ ਸਾਹਿਬ ਜੀ ਨੂੰ ਤੂਸਨ ਰਹੇ ਨਾ ਬੋਲੇ ਬੈਨਾ ਮਹਨਤ ਚੁੱਪ ਰਹੇ ਹਨ ਕੋਈ ਬਚਨ ਨਹੀਂ ਬੋਲੇ ਹਨ ਬਹੁਤ ਸਰ ਬਚਨ ਭਾਖ ਕਰ ਮੂਲਾ ਤੋਂ ਮੂਲ ਚੰਦ ਜੀ ਬਹੁਤ ਜੋ ਮਨ ਦਾ ਆਪਣਾ ਕਰੋਧ ਸੀ ਹਲਕਾ ਕਰਨ ਲਈ ਜੋ ਵੀ ਬੋਲ ਸਕਦੇ ਸਨ ਬੋਲ ਕੇ ਆਏ ਹਨ ਕੋਰਿਆ ਵਜਹ ਮਤ ਪ੍ਰਤਪੂਲਾ ਜਿਸ ਦੀ ਮਤ ਅਕਲ ਜਿਹੜੀ ਹੈ ਗੁਰੂ ਸਾਹਿਬ ਦੇ ਉਲਟ ਹੈ ਜਾਂ ਆਪਣੇ ਸੁਲਤਾਨਪੁਰ ਸਾਂ ਵਾਪਸ ਆਇਆ ਹੈ ਬੋਲ ਕੇ ਭੇਵ ਨ ਲਖ ਹੈ ਈਸ ਜਗ ਦੇਵੰ ਤੋ ਇਹ ਨਹੀਂ ਜਾਣਦਾ ਹੈ ਕਿ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਦੇ ਈਸ਼ਵਰ ਹਨ ਦਾਇਮ ਪ੍ਰਕਾਸ਼ ਰੂਪ ਪਰਮੇਸ਼ਰ ਰੂਪ ਹਨ ਰਸ ਸੋ ਸਾਤੀ ਜਰਤ ਸਦਾਵੰ ਸਦਾ ਹੀ ਗੁੱਸੇ ਕਰੋਧ ਨਾਲ ਸਾਤੀ ਛੱਡਦੀ ਹੈ ਕਿਉਂਕਿ ਭੇਦ ਨਹੀਂ ਜਾਣਿਆ ਗੁਰੂ ਨਾਨਕ ਮਹਾਰਾਜ ਦਾ ਪੂਰ ਬਿਸੂਰ ਹੈ ਗਟੀ ਗੁਨੰਤਾ ਤੋ ਬਣਾ ਝੂਰਦਾ ਹੈ ਗਿਣਤੀਆਂ ਗਿਣਦਾ ਹੈ ਬਿਨਾਂ ਲਖੇ ਅਤ ਹੋਵੇ ਦੁਖਵੰਤ ਤੋ ਗੁਰੂ ਸਾਹਿਬ ਜੀ ਨੂੰ ਜਾਣੇ ਤੋਂ ਬਿਨਾਂ ਦੁਖੀ ਹੁੰਦਾ ਹੈ ਇਹਨਾਂ ਨੂੰ ਇਸ ਗੱਲ ਦੀ ਖਬਰ ਨਹੀਂ ਹੈ ਇੱਥੇ ਤਾਂ ਅਸੀਂ ਗੁਰੂ ਸਾਹਿਬ ਨਾਲ ਕੀ ਵਰਤਾਓ ਕਰਦੇ ਹਾਂ ਪਰ ਜੱਗੋਂ ਜਦੋਂ ਪ੍ਰਲੋਕ ਵਿੱਚ ਜਮਦੂਤਾਂ ਨੇ ਵਰਤਾਓ ਤੁਹਾਡੇ ਨਾਲ ਕਰਨਾ ਹੈ ਤੇ ਛਡਾਉਣ ਵਾਲੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੋਣਾ ਹੈ ਉੱਥੇ ਵੀ ਦੋਹਰਾ ਜਿਹ ਦਿੱਜ ਕੀ ਸੰਗਤ ਕਰਤ ਜਿਸ ਆਪਣੇ ਪਰਉਧੇ ਪ੍ਰੋਹ ਦੀ ਇਹ ਸੰਗਤ ਕਰਿਆ ਕਰਦਾ ਸੀ ਤਿਹ ਠਿਗ ਬੈ ਸਿਵ ਜਾਏ ਉਹਦੇ ਕੋਲ ਜਾ ਕੇ ਹੁਣ ਵਿਚਾਰਾਂ ਕਰਦਾ ਹੈ ਮਨ ਕੇ ਦੁੱਖ ਵਰਨਨ ਕਰੇ ਆਪਣੇ ਮਨ ਦਾ ਜਿਹੜਾ ਦੁੱਖ ਮਹਿਸੂਸ ਕੀਤਾ ਹੈ ਕਿਉਂਕਿ ਪ੍ਰਾਣੀ ਦੇ ਵਿਚਾਰ ਹੀ ਜਿਹੜੇ ਨੇ ਇਹ ਦੁਖੀ ਤੇ ਸੁਖੀ ਕਰਦੇ ਹਨ ਇਸਨੇ ਮਨ ਦੇ ਵਿਚਾਰ ਜਿਸ ਤਰ੍ਹਾਂ ਦੇ ਨਾਲ ਵਿਚਾਰ ਲੈਨੇ ਉਨਾ ਮੁਤਾਬਕ ਦੁਖੀ ਹੋ ਕਰਕੇ ਆਪਣੇ ਪ੍ਰੋਹਤ ਪੰਡਿਤ ਦੇ ਨਾਲ ਵਿਚਾਰਾਂ ਕੀਤੀਆਂ ਹਨ। ਰੋਤ ਭਯੋ ਦੁਖ ਪਾਈ ਬੜਾ ਭਾਰੀ ਦੁਖੀ ਹੋ ਕਰਕੇ ਵਿਰਾਗ ਕੀਤਾ ਹੈ ਜੀ। ਸੋਰਠਾ ਇੱਕ ਦਿਸ ਸੁਖ ਨਾਹੀਂ ਕਹਿੰਦੇ ਇੱਕ ਦਿਨ ਵੀ ਕਹਿੰਦੇ ਸਾਨੂੰ ਸੁਖ ਨਹੀਂ ਮਿਲਿਆ। ਜਬ ਕੀ ਸੁਤਾ ਬਿ ਵਿਆਹ ਦੀ ਜਦੋਂ ਤੂੰ ਆਪਣੀ ਸੁਪੁੱਤਰੀ ਦਾ ਵਿਆਹ ਮੈਂ ਗੁਰੂ ਨਾਨਕ ਨਾਲ ਕੀਤਾ ਮੈਂ ਕਹਿੰਦੇ ਸੁਖ ਨਹੀਂ ਵੇਖਿਆ। ਵੈਸੋ ਗੋਰਨ ਮਾਹੀ ਹੁਣ ਦੇਖੋ ਜੀ ਜਾ ਕੇ ਤੋ ਮਾਰੇ ਕਮਰਾ ਤੇ ਮਣੀਆਂ ਚ ਜਾ ਬੈਠੇ ਹਨ ਤਜ ਤਰਨੀ ਘਰ ਕਾਰ ਸਭ ਤੋ ਆਪਣੇ ਘਰ ਵਾਲੀ ਨੂੰ ਘਰ ਦੇ ਕੰਮ ਕਾਰ ਨੂੰ ਆਪਣੀ ਸੋ ਕਿਰਤ ਮਰਤ ਨੂੰ ਛੱਡ ਕਰਕੇ ਚਲੇ ਗਏ ਹਨ ਦੋਹਰਾ ਸੁਨ ਕਰ ਆਤਰ ਬਚਨ ਤਿਹੋ ਇਸ ਪ੍ਰਕਾਰ ਜਦੋਂ ਬਣੇ ਦੁੱਖ ਵਾਲੇ ਬਚਨ ਸੁਣੇ ਹਨ ਮੂਲ ਚੰਦ ਜੀ ਦੇ ਬ੍ਰਾਹਮਣ ਨੇ ਤਿਜ ਬਰ ਕੀਓ ਪਿਆਨ ਤਾਂ ਕਹਿੰਦੇ ਪੰਡਿਤ ਪ੍ਰੋਹਤ ਜੀ ਜਿਹੜੇ ਸਨ ਉਹ ਵੀ ਨਾਲ ਚੱਲ ਪਏ ਹਨ ਚਲੋ ਚੱਲ ਕੇ ਸਮਝਾਉਂਦੇ ਹਾਂ ਚਲੋ ਇਸੇ ਸਮਝਾਏ ਹੈ ਚਲੋ ਝਲ ਕੇ ਗੁਰੂ ਨਾਨਕ ਸੁ ਨੂੰ ਸਮਝਾਉਂਦੇ ਹਾਂ ਕਿ ਉਹ ਕਿਉਂ ਇਦਾਂ ਕਰਦੇ ਨੇ ਬਸ ਵਿਦ ਕਰਤ ਬਖਾਨ ਇਸ ਤਰੀਕੇ ਦੇ ਨਾਲ ਅਲਮਖਿਆਨ ਕੀਤਾ ਕਹਿਣ ਲੱਗੇ ਹਨ ਕਬਿਤ ਵੇਦਿ ਕੁਲ ਮੰਡਲ ਸਕਲ ਦੁਖ ਖੰਡਨ ਤਨ ਮੇਰੇ ਸਤਿਗੁਰੂ ਪਾਤਸ਼ਾਹ ਵੇਦੀ ਕੁਲ ਨੂੰ ਭੂਖਸ਼ ਨੂੰ ਕਰਨ ਵਾਲੇ ਸਾਰੇ ਹੀ ਦੁੱਖਾਂ ਨੂੰ ਪਖੰਡਾਂ ਨੂੰ ਖੰਡਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਪਖੰਡਨ ਕੋ ਦੰਡਨ ਸਰੂਪ ਜਿਹ ਧਾਰਿਆ ਜਿਨ੍ਹਾਂ ਨੇ ਪਖੰਡਾਂ ਦਾ ਖੰਡਨ ਕਰਨ ਵਾਸਤੇ ਸਰੂਪ ਧਾਰਨ ਕੀਤਾ ਗੁਰੂ ਨਾਨਕ ਮਹਾਰਾਜ ਨੇ ਮੂਲਾ ਲੀਏ ਪੰਡਿਤ ਜਹਾ ਹੈ ਮਹ ਮੰਡਤ ਤੋਂ ਮੂਲ ਚੰਦ ਜੀ ਨੇ ਤੋ ਇਸ ਆਪਣੇ ਪੰਡਿਤ ਨੂੰ ਨਾਲ ਲੈ ਕੇ ਜਿੱਥੇ ਧਰਤੀ ਨੂੰ ਸ਼ੋਭਾ ਦੇਣ ਵਾਲੇ ਗੁਰੂ ਨਾਨਕ ਸਾਹਿਬ ਬੈਠੇ ਸਨ ਨਿਕਟ ਬੈਠ ਤੁੰਡ ਤੇ ਜੋ ਬਚਨ ਉਚਾਰਿਆ ਗੁਰੂ ਨਾਨਕ ਸਾਹਿਬ ਦੇ ਕੋਲ ਜਾ ਕਰਕੇ ਹੁਣ ਪੰਡਿਤ ਪ੍ਰੋਹਤ ਜੀ ਗੁਰੂ ਨਾਨਕ ਸਾਹਿਬ ਨੂੰ ਇਉਂ ਬਚਨ ਉਚਾਰ ਕੇ ਕਹਿੰਦੇ ਹਨ ਬਾਲ ਬੁੱਧ ਲੀਨ ਕਾਚੀ ਬਾਤੇ ਸਭ ਕੀਨ ਤੁਮ ਕਹਿੰਦੇ ਨੇ ਕਿ ਤੁਹਾਡਾ ਸਰੀਰ ਬਚਪਨ ਵਿੱਚ ਹੈ ਤੁਸੀਂ ਸੋ ਬਾਲ ਬੁੱਧ ਕਰਕੇ ਇਹ ਸਾਰਾ ਕੁਝ ਜਿਹੜਾ ਕੀਤਾ ਹੈ ਠੀਕ ਨਹੀਂ ਕੀਤਾ ਹੈ ਮੋਦੀ ਕਰਤ শোর ਦੀਨ ਨੀਕੇ ਨਾ ਵਿਚਾਰਿਆ ਤਾਂ ਇਹ ਮੋਦੀ ਦਾ ਕੰਮ ਬੜਾ ਸੋਹਣਾ ਦੁਕਾਨ ਦਾ ਤੁਸੀਂ ਕਰਦੇ ਸੀ ਚੰਗੀ ਤਰ੍ਹਾਂ ਵਿਚਾਰ ਨਹੀਂ ਕੀਤੀ ਤੋ ਬਾਲਕ ਬੁੱਧ ਅਚੇਤ ਕਹਿੰਦੇ ਤੁਸੀਂ ਸੋ ਬਾਲਕਾਂ ਬੱਚਿਆਂ ਵਾਲੀ ਸੋ ਇਹ ਗੱਲ ਕੀਤੀ ਹੈ ਕੱਚੀ ਮਤ ਵਰਤੀ ਹੈ ਤੁਸਾਂ ਨੇ ਮਾਤ ਪਿਤਾ ਲਾਜ ਤਜ ਦੇਹ ਅਸ ਬੇਖ ਸੱਜ ਤੋ ਕਹਿੰਦੇ ਮਾਤਾ ਪਿਤਾ ਦਾ ਇਸ ਪ੍ਰਕਾਰ ਤੁਸੀਂ ਮਾਣ ਨਹੀਂ ਰੱਖਿਆ ਤੇ ਇਹ ਸਰੀਰ ਤੇ ਜਿਹੜਾ ਤੁਸੀਂ ਫਕੀਰਾਂ ਵਾਲਾ ਹੁਣ ਭੇਖ ਧਾਰਨ ਕੀਤਾ ਹੈ ਦੁਸ਼ਟ ਮਸਾਨ ਥਾਨ ਭਏ ਹਿਤਕਾਰਿਆ ਤੇ ਤੁਸੀਂ ਇਸ ਪ੍ਰਕਾਰ ਇਹ ਜਿਹੜਾ ਕਹਿੰਦੇ ਨੇ ਸਮਸ਼ਾਨ ਭੂਮਕੀ ਦਾ ਮਾੜਾ ਥਾਂ ਹੈ ਇਹਦੇ ਨਾਲ ਤੁਸੀਂ ਪ੍ਰੇਮ ਕੀਤਾ ਹੋਇਆ ਹੈ ਦੁਹਰਾ ਸੁਣ ਪੰਡਿਤ ਕੇ ਬੈਨ ਇਬ ਿਉ ਪ੍ਰੋਹਤ ਨੇ ਸਤਿਗੁਰੂ ਨੇ ਬਚਨ ਸੁਣੇ ਹਨ ਜਦੋਂ ਸ੍ਰੀ ਨਾਨਕ ਜਗਕੰਤ ਜਗਤ ਦੇ ਸਵਾਮੀ ਤਾਂ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਬਚਨ ਸੁਣੇ ਹਨ ਪੰਡਿਤ ਦੇ ਉਚਰਿਓ ਸ਼ਬਦ ਬਸੰਤ ਮੈਂ ਰਾਗ ਬਸੰਤ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਫਿਰ ਸ਼ਬਦ ਉਚਾਰਨ ਕੀਤਾ ਬਾਣੀ ਦਾ ਪੁਤੀ ਸੋ ਰਿਤ ਬਸੰਤ ਕਿਉਂਕਿ ਬਸੰਤ ਰੁੱਤ ਦਾ ਸਮਾਂ ਸੀ ਤੋ ਬਸੰਤ ਰੁੱਤ ਵਿੱਚ ਰਾਗ ਬਸੰਤ ਹਰ ਵੇਲੇ ਗਾਇਨ ਕੀਤਾ ਜਾਂਦਾ ਹੈ ਬਸੰਤ ਰਾਗ ਦੇ ਅੰਦਰ ਸ਼ਬਦ ਉਚਾਰਿਆ ਗੁਰੂ ਸਾਹਿਬ ਨੇ ਇਸ ਪੰਡਿਤ ਪ੍ਰੋਹੁਤ ਨੂੰ ਉਪਦੇਸ਼ ਦੇਣ ਵਾਸਤੇ ਬਸੰਤ ਹੰਡੋਲ ਮਹੱਲਾ ਪਹਿਲਾ ਇਹ ਰਾਗ ਬਸੰਤ ਤੇ ਹੰਡੋਲ ਮਿਸ਼ਰਤ ਰਾਗ ਹੈ ਇਹਦੇ ਵਿੱਚ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾਹ ਜੀ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਹੈ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੂ ਹਜੂਰ ਕਹਿੰਦੇ ਨੇ ਪੰਡਤ ਜੀ ਰਾਜਾ ਬਾਲਕ ਨਗਰੀ ਕਾਚੀ ਕਹਿੰਦੇ ਮਨੁੱਖ ਉਪਰ ਰਾਜਾ ਸਾਡ ਤੁਹਾਡਾ ਅਣਜਾਣ ਹੈ ਬਾਲਕ ਹੈ ਇਹ ਨਗਰੀ ਦੇ ਰੂਪ ਨਗਰੀ ਜਿਹੜੀ ਪੰਜਾਂ ਤੱਤਾਂ ਦੀ ਮਿੱਟੀ ਮਲੇ ਕੱਚੀ ਹੈ ਦੁਸ਼ਟਾਂ ਨਾਲ ਪਿਆਰੋ ਤੇ ਕਾਮ ਕ੍ਰੋਧ ਆਦਕ ਜਿਹੜੇ ਦੁਸ਼ਟ ਨੇ ਇਹਨਾਂ ਨਾਲ ਪਿਆਰ ਕਰੀ ਬੈਠੇ ਹੋ ਤੁਸੀਂ ਦੁਇ ਮਾਈ ਦੁਇ ਬਾਪਾ ਪੜੀਅ ਹੈ ਇਸ ਪ੍ਰਕਾਰ ਸੋ ਜੜੀ ਦ્વੈਤ ਹੈ তথা ਸੋ ਮਾਇਆ ਤੇ ਅਵਿਦਿਆ ਇਹ ਦੋ ਮਾਵਾਂ ਬਣੀਆਂ ਹੋਈਆਂ ਨੇ ਇਸ ਮਨ ਦੀਆਂ ਪੰਡਤ ਕਰੋ ਵਿਚਾਰੋ ਇਹ ਪੰਡਤ ਜੀ ਇਸ ਪ੍ਰਕਾਰ ਤੁਸੀਂ ਵਿਚਾਰ ਕਰੋ ਸੋ ਦ્વੈਤ ਜਿਹੜੀ ਐ ਇਸ ਪ੍ਰਕਾਰ ਅਵਿਦਿਆ ਤੇ ਮਾਇਆ ਦੋਏ ਮਾਈ ਦੋਏ ਬਾਪਾ ਤੇ ਦ્વੈਤ ਹੀ ਇਸ ਪ੍ਰਕਾਰ ਜਿਹੜੀ ਇਹ ਬਾਪ ਬਣਿਆ ਹੋਇਆ ਜੀਵ ਦਾ ਤੇ ਇਸ ਪ੍ਰਕਾਰ ਇਹ ਪੰਡਤ ਜੀ ਵਿਚਾਰ ਕਰੋ ਤੁਸੀਂ ਸਵਾਮੀ ਪੰਡਤਾ ਤੁਮ ਦੇਹ ਮਤੀ ਇਸ ਵਾਸਤੇ ਸਵਾਮੀ ਪੰਡਤ ਜੀ ਸ਼ਿਆਮਾ ਪੰਡਤ ਇਸ ਦਾ ਨਾਮ ਦੱਸਿਆ ਜਾਂਦਾ ਹੈ ਕਹਿੰਦੇ ਨੇ ਸੁਆਮੀ ਜੀ ਕਾਹ ਰਹੇ ਨੇ ਸੋ ਸੁਆਮੀ ਪੰਡਤਾ ਤੁਮ ਦੇਹੋ ਮੱਤੀ ਕਹਿੰਦੇ ਨੇ ਹੇ ਇਸ ਪੰਡਤ ਸੁਆਮੀ ਜੀ ਤੁਸੀਂ ਸਾਨੂੰ ਮਤਾਂ ਅਕਲ ਦੇਂਦੇ ਹੋ ਤੁਸੀਂ ਇਸ ਗੱਲ ਨੂੰ ਸਮਝੋ ਕਿਨ ਬਿਧ ਪਾਵੂ ਪ੍ਰਾਨਪਤੀ ਤੁਸੀਂ ਜੇ ਸਾਨੂੰ ਸਮਝ ਸੋਝ ਸਿੱਖਿਆ ਦੇਣੀ ਹੈ ਤੇ ਸਾਨੂੰ ਇਹ ਉਪਦੇਸ਼ ਦਿਓ ਕਿਨ ਬਿਧ ਪਾਵੂ ਪ੍ਰਾਨਪਤੀ ਪ੍ਰਾਣ ਦਾ ਪਤੀ ਵਾਹਿਗੁਰੂ ਪਰਮੇਸ਼ਵਰ ਜਿਹੜਾ ਉਹਨੂੰ ਕਿਵੇਂ ਪ੍ਰਾਪਤ ਕਰੀਏ ਰਹਾਉ ਮਿਸਰਾਮ ਦੇਖ ਕਰਕੇ ਹਜੂਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਚੌਪਈ <coughs> <coughs> ਮਨ ਰਾਜਾ ਬਾਲਕ ਸਮਝੋ ਇੰਨੇ ਜਿਹੜਾ ਇਹ ਮਨ ਰੂਪ ਰਾਜਾ ਇਹ ਬਾਲਕ ਬੱਚਿਆਂ ਦੀ ਨਿਆਈ ਹੈ ਨਿਤ ਪ੍ਰਤ ਜਾਣੋ ਚੰਚਲ ਸੋ ਨਿਤ ਪ੍ਰਤੀ ਜਾਣੋ ਇਹ ਮਨ ਚੰਚਲ ਇਹ ਮਨ ਚੰਚਲਾ ਚਤਰਾਈ ਕਿਨ ਇਹ ਚੰਚਲ ਮਨ ਹੈ ਬਾਲਕਾ ਮਰਗਾ ਹੈ ਨੀਤਨਾ ਸਿੱਖੋ ਰੂਪ ਗਿਆਨਾ ਤੋ ਇਸ ਪ੍ਰਕਾਰ ਗਿਆਨ ਰੂਪ ਦੀ ਸਿੱਖਿਆ ਨਹੀਂ ਸਿੱਖਦਾ ਹੈ ਮਨ ਇਸ ਲਈ ਬਾਲਕ ਹੈ ਕੱਚੀ ਮਤ ਹੈ ਖੇਲ ਰਚਿਓ ਸੁਖ ਵਿਸ਼ੇ ਮਹਾਨਾ ਇਹ ਵਿਸ਼ੇ ਸੁਖਾਂ ਦੇ ਵਿੱਚ ਖੇਲਦੇ ਵਿਚ ਰਚਿਆ ਰਹਿੰਦਾ ਹੈ ਵਾਹਿਗੁਰੂ ਪਰਮੇਸ਼ਵਰ ਦੀ ਸੋ ਇਸ ਪ੍ਰਕਾਰ ਗਿਆਨ ਦੀ ਸਿੱਖਿਆ ਨਹੀਂ ਲੈਂਦਾ ਹੈ ਕੱਚਾ ਹੈ ਕਾਚੀ ਨਗਰੀ ਮਹਿ ਇਹ ਵਸ ਏ ਸਰੀਰ ਰੂਪ ਕੱਚੀ ਨਗਰੀ ਵਿੱਚ ਮਨ ਰੂਪ ਰਾਜਾ ਵਸਦਾ ਹੈ ਆਜ ਕਦ ਜਿਹ ਹੋਏ ਬినా사 ਇਹ ਜਿਹੜੀ ਦੇਹ ਸਰੀਰ ਹੈ ਤੇ ਆਜ ਕਾਲ ਫਿਰ ਤੋਹੇ ਗਰਸ ਹੈ ਨਾਵੇਂ ਪਾਤਸ਼ਾਹ ਕਹਿੰਦੇ ਨੇ ਅੱਜ ਨਹੀਂ ਤਾਂ ਕੱਲ ਇਹਨੇ ਜਾਣਾ ਹੀ ਆ ਦੁਨੀਆ ਤੋਂ ਨਿਤ ਫਿਰ ਜਾਣਤ ਕੀਨ ਸਨੇਹਾ ਤੇ ਤੂੰ ਨਿਤ ਇਸ ਪ੍ਰਕਾਰ ਜੀਵਨੇ ਫਿਰ ਇਸ ਨੂੰ ਟਿੱਕੀ ਹੋਈ ਜਾਣ ਕਰਕੇ ਇਹਦੇ ਸਰੀਰ ਦੇ ਮੋਹ ਦੇ ਵਿੱਚ ਹੀ ਫਸਿਆ ਰਹਿੰਦਾ ਹੈ ਤਹ ਤਹ ਕਾਲ ਪਰੇ ਜਬ ਮੇਹ ਜਦੋਂ ਕਾਲ ਰੂਪਮੀ ਪੈ ਗਿਆ ਇਹ ਕੱਚੀ ਨਗਰੀ ਜਿਹੜੀ ਸੁਦੇ ਹੈ ਇਸਨੇ ਖੁਰ ਜਾਣਾ ਹੈ ਟੈ ਪੈਣਾ ਹੈ ਕਾਚੀ ਨਗਰੀ ਮਹ ਇਹ ਬਾਸਾ ਕੱਚੀ ਮਿੱਟੀ ਦੀ ਨਗਰੀ ਪੰਜਾਂ ਤੱਤਾਂ ਦੀ ਵਿੱਚ ਵਸਾ ਜੀਵਦਾ ਹੈ ਅੱਜ ਕਲ ਜਿਹ ਹੋਏ ਬਿਨਾਸਾ ਅੱਜ ਕੱਲ ਕੱਲ ਕੀ ਅੱਜ ਪਤਾ ਨਹੀਂ ਕਿਹੜੇ ਮਿਲ ਕਹਿੰਦੇ ਇਸ ਨੇ ਟੈ ਪੈਣਾ ਡਿੱਗ ਪੈਣਾ ਬਿਨਾਸ ਹੋਣਾ ਹੈ ਸਥਿਰ ਜਾਣਤ ਕੀਨ ਸਨੇਹਾ ਤੇ ਨਿਤ ਪ੍ਰਤੀ ਈਸ਼ ਨੂੰ ਸਥਿਰ ਜਾਣ ਕਰਕੇ ਜੀਵ ਨੇ ਇਸ ਸਰੀਰ ਵਿੱਚ ਹੀ ਮੋਹ ਕੀਤਾ ਹੋਇਆ ਹੈ ਤਨ ਹੈ ਕਾਲ ਪਰੇ ਜਬ ਮੇਹਾ ਜਦੋਂ ਇਸ ਪ੍ਰਕਾਰ ਕਾਲ ਰੂਪ ਮਹੀ ਪਿਆ ਇਸ ਸ੍ਰੀ ਨੇ ਸਰੀਰ ਨੇ ਖੁਰ ਜਾਣਾ ਟੈਪਣਾ ਡਿੱਗ ਜਾਣਾ ਹੈ ਜਾਇ ਅਚਾਨਕ ਗਰ ਇਹ ਸਾਰੀ ਇਹ ਸਾਰੀ ਹੀ ਦੇ ਰੂਪ ਨਗਰੀ ਜੜੀ ਹੈ ਅਚਨ ਚਿਤ ਗਲ ਜਾਏਗੀ ਤਬ ਸੋਜੀ ਹੋਵੇ ਦੁੱਖ ਮਝਾਰੀ ਤਾਂ ਕਹਿੰਦੇ ਉਸ ਵੇਲੇ ਦੁੱਖ ਵਿੱਚ ਪਏਗਾ ਤਾਂ ਇਹਨੂੰ ਸਮਝ ਆਵੇਗੀ ਪੰਜ ਦੁਸ਼ਟ ਸੋ ਕਰਤ ਪਿਆਰੂ ਪੰਜਾਂ ਹੀ ਦੁਸ਼ਟਾਂ ਦੇ ਨਾਲ ਕਾਮ ਕਰੋ ਦੇ ਨਾਲ ਇਹ ਪਿਆਰ ਕਰੀ ਬੈਠਾ ਹੈ ਜੀਵ ਸੋ ਤਿਹਕੇ ਨਿਤ ਕਾਜ ਬਿਗਾਰੂ ਤੇ ਇਹੀ ਹਨ ਜਿਹੜੇ ਨੇਤ ਇਸ ਦੇ ਕੰਮ ਨੂੰ ਵਿਗਾੜਦੇ ਹਨ ਦੁਹਰਾ ਕਾਮ ਕ੍ਰੋਧ ਅਰ ਲੋਭ ਪੁਨ ਕਾਮ ਹੈ ਕ੍ਰੋਧ ਲੋਭ ਹੈ ਅਤੇ ਹੋਰ ਮੋਹ ਬਲੀ ਅਹੰਕਾਰ ਮੋਹ ਤੇ ਹੰਕਾਰ ਜਿਹੜੇ ਬਲੀ ਹਨ ਇਹ ਜੀਵ ਇਹਨਾਂ ਵਿੱਚ ਲੱਗਾ ਹੋਇਆ ਹੈ ਇਨ ਸਿਉ ਕਰਤਿਓ ਮੀਤਤਾ ਇਹਨਾਂ ਦੇ ਨਾਲ ਹੀ ਮਿੱਤਰਤਾ ਪਾਈ ਬੈਠਾ ਹੈ ਜੀਵ ਇਹ ਭਾ ਸੰਗਤ ਤੇ ਖੁਆਰ ਇਹਨਾਂ ਦੀ ਸੰਗਤ ਕਰਨ ਦੇ ਨਾਲ ਇਹ ਜੀਵ ਖੁਆਰ ਹੋ ਹਾਂ ਚੌਪਈ ਲੂਟਹਿ ਮਿਲ ਕਰ ਇਸ ਕੀ ਨਗਰੀ ਤੋ ਇਹ ਮਿਲ ਕਰਕੇ ਪੰਜੇ ਕਾਮ ਕਰੋ ਜਿਹੜੇ ਨੇ ਇਸ ਜੀਵ ਦੀ ਇਸ ਨਗਰੀ ਨੂੰ ਇਸਪਰ ਕਲ ਲੁੱਟ ਰਹੇ ਹਨ ਨੀਤ ਉਜਾਰ ਹੈ ਇਸ ਓਜਗਰੀ ਤੇ ਪ੍ਰਗਟ ਹੀ ਨਿਤ ਪ੍ਰਤੀ ਇਸ ਨਗਰੀ ਨੂੰ ਉਜਾੜਨੇ ਸੁਭਗਣਾ ਨੂੰ ਖਤਮ ਕਰ ਰਹੇ ਹਨ ਬਿਗਰਿਓ ਆਪਨੋ ਜਾਣਿਓ ਨਾਹੀ ਇਹ ਆਪਣੇ ਵਿਗੜਦੇ ਹੋਏ ਕੰਮ ਨੂੰ ਜਾਣਦਾ ਨਹੀਂ ਜੀਵ ਅਗਿਆਨੀ ਹੈ ਮਿਲਿਓ ਰਹੇ ਪੁਨ ਪੁਨ ਤਿਨ ਮਾਹੀ ਤੇ ਮੁੜ ਮੁੜ ਕੇ ਐਸੇ ਦੇ ਵਿੱਚ ਹੀ ਮਿਲਿਆ ਹੀ ਰਹਿੰਦਾ ਹੈ ਇਹ ਜੀਵ ਜਿਹੜਾ ਹੈ ਮਾਤ ਅਵਿਦਿਆ ਦੂਜੀ ਮਾਇਆ ਇੱਕ ਮਾਇਆ ਤੇ ਇੱਕ ਅਵਿਦਿਆ ਇਹ ਦੋ ਦੀਆਂ ਦੋਏ ਮਾਈ ਇਹ ਦੋ ਮਾਵਾਂ ਬਣੀਆਂ ਹੋਈਆਂ ਜੀਵ ਰੂਪ ਮਹਾਰਾਜੇ ਮੰਨ ਦੀਆਂ ਇਸ ਜੀਵ ਦوئ ਪਿਤ ਜਨ ਜਾਨਾ ਜਿਸ ਨੇ ਜਾਣਿਆ ਹੋਇ ਇੱਕ ਜੀਵ ਹੈ ਤੇ ਇੱਕ ਈਸ਼ਵਰ ਹੈ ਪਿਤਾ ਸਮਝੇ ਹੋਏ ਹਨ ਦਵ ਕੋ ਜਾਣਿਓ ਦਾ ਕਾਰਨ ਤੋਂ ਇਸ ਪ੍ਰਕਾਰ ਇਹ ਟੇਢੇਪਣ ਕੁਟਲਦਾ ਦਾ ਇਹ ਕਾਰਨ ਜਿਹੜਾ ਇਸ ਨੇ ਜਾਣਿਆ ਹੈ ਕਿਹ ਵਿਦ ਜਾ ਕੋ ਹੋਏ ਸਵਾਰਨ ਤੇ ਇਹਦਾ ਕਿਸ ਤਿੱਕੇ ਦੇ ਨਾਲ ਕਾਰਜ ਸੌਰ ਸਕਦਾ ਹੈ ਇਸ ਮਨ ਰਾਜੇ ਦਾ ਕਰ ਵਿਚਾਰ ਸਿਖਵਨ ਮੁਝ ਦੀਜੈ ਇਸ ਵਾਸਤੇ ਹੇ Swami pa Swami pandit ji ਇਹ ਵਿਚਾਰ ਕਰਕੇ ਤੁਹਾਨੂੰ ਸਾਨੂੰ ਸਿੱਖਿਆ ਤਾਂ ਦੇ ਪਹਿਲਾਂ ਤੋਂ ਆਪਣੀ ਵਿਚਾਰ ਕਰ ਇਹ ਉਹ ਪੰਡਤ ਪ੍ਰਾਪਤ ਪ੍ਰਭ ਕੀਜੈ ਇਸ ਵਾਸਤੇ ਪੰਡਤ ਜੀ ਪਰਮੇਸ਼ਵਰ ਦੀ ਪ੍ਰਾਪਤੀ ਕਰੋ ਇਹ ਵਿਚਾਰ ਕਰਕੇ ਇਹ ਵਿਦ ਬਦ ਕਰ ਕਰुणा ਸਦਨਾ ਓ ਕਿਰਪਾ ਦੇ ਖਜ਼ਾਨੇ ਸਤਗੁਰੂ ਜੀ ਨੇ ਓ ਉਸ ਪੰਡਤ ਜੀ ਨੂੰ ਬਚਨ ਕਰਕੇ ਗਿਆਨ ਦੇ ਬਖਸ਼ੇ ਹਨ ਮਸ਼ਟ ਕਰੀ ਪੁਨ ਪੰਕਜ ਬਦਨਾ ਤੋਂ ਮੇਰੇ ਸਤਗੁਰੂ ਕਮਲ ਸ੍ਰੀਖੇ ਮੁਖ ਵਾਲੇ ਸਤਗੁਰਾਂ ਨੇ ਮੁਖ ਤੋਂ ਫਿਰ ਚੁੱਪ ਕਰ ਲਈ ਹਾ ਜੀ ਦੁਹਰਾ ਮੂਲਾ ਬੋਲ ਸੁਨਤ ਬਾਚ ਤਾਂ ਫਿਰ ਮੂਲ ਚੰਦ ਜੀ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕਰਕੇ ਇਉਂ ਬਚਨ ਬੋਲਦੇ ਹਨ ਕਹਿੰਦੇ ਹਨ ਆਸ ਵਿਚਾਰ ਜੇ ਤੋਹੇ ਜੇ ਤੁਹਾਡੇ ਮਨ ਵਿੱਚ ਗੁਰੂ ਸਾਹਿਬ ਜੀ ਨੂੰ ਕਹਿੰਦੇ ਇਹੇ ਵਿਚਾਰ ਹੈ ਤਾਂ ਤੋ ਵਿਆਹ ਕਰਵਾਏ ਕਿਉਂ ਤੋ ਦੱਸੋ ਤੁਸੀਂ ਫਿਰ ਵਿਆਹ ਕਿਉਂ ਕੀਤਾ ਸੀ ਤੇ ਦੁੱਖ ਦੀਨੋ ਮੋਹੇ ਤੇ ਵਿਆਹ ਕਰਕੇ ਮੇਰੀ ਬੱਚੀ ਨੂੰ ਲਿਆ ਕੇ ਤੂੰ ਮੈਨੂੰ ਦੁਖੀ ਕੀਤਾ ਜੇ ਇਹੋ ਜਿਹਾ ਹੀ ਤੁਸੀਂ ਵਿਚਾਰ ਕਰਨੇ ਸੀ ਵਿਆਹ ਕਿਉਂ ਕੀਤਾ ਫਿਰ ਦੋਹਰਾ ਦਰਬ ਲਟਾਇਓ ਬਾਦ ਬਹੋ ਮੋਹ ਸਾਰਾ ਬਯਰਥੀ ਤੁਹਾਨੂੰ ਲੁਟਾਇਆ ਹੈ ਦੁਨੀਆ ਨੂੰ ਸੁੱਤਤੀਏ ਦਿਓ ਨਾ ਟਾਕ ਤੇ ਨਾਮ ਘਰ ਵਾਲੀ ਆਪਣੀ ਧਰਮਸ ਪਤਨੀ ਨੂੰ ਨਾ ਆਪਣੇ ਸੁਪੁੱਤਰ ਸ੍ਰੀ ਚੰਦ ਨੂੰ ਇੱਕ ਟਾਕਾ ਵੀ ਨਹੀਂ ਦਿੱਤਾ ਤੁਸੀਂ ਬਿਨ ਬਰੀੜਾ ਤਜ ਭਾਜਿਆ ਤੇ ਤੁਸੀਂ ਕਹਿੰਦੇ ਲੱਜਾਂ ਨਹੀਂ ਰੱਖੀ ਦੁਨੀਆ ਦੀ ਇਹ ਤੋਂ ਛੱਡ ਕਰਕੇ ਹੁਣ ਪੰਜ ਤੋਰੇ ਉਹ ਫਕੀਰ ਬਣ ਕੇ ਕਨ ਕਹਿ ਸ੍ਰੀ ਮੁਖਵਾਕ ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੁਭਾਇ ਬਨ ਮੁਖ ਤੋਂ ਬਚਨ ਉਚਾਰਨ ਕਰਕੇ ਅਗਲਾ ਸ਼ਬਦ ਜਿਹੜਾ ਇਹ ਸ਼ਬਦ ਦਾ ਪਦ ਜਿਹੜਾ ਹੈ ਅਗਲਾ ਉਚਾਰਨ ਕੀਤਾ ਹੈ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤਾਂ ਬਖਸ਼ਿਆ ਕਰਨ ਸਾਥ ਸੰਗਤ ਜੀ ਗੁਰੂ ਕਿਰਪਾ ਕਰਨ ਸੋ ਕਿਉਂਕਿ ਹੁਣ ਆਪਣਾ ਦਿਨਾਂ ਦਾ ਫਰਕ ਪੈ ਗਿਆ ਛੋਟੇ ਹੋ ਗਏ ਨੇ ਇਸ ਵਾਸਤੇ ਵਿਚਾਰ ਕਰਕੇ ਸੋ ਇਹ ਕਥਾ ਦਾ ਟਾਈਮ 7 ਤੋਂ 8 ਵਜੇ ਦਾ ਰੱਖਿਆ ਗਿਆ ਹੈ ਇਸ ਲਈ ਸੰਗਤਾਂ 8 ਵਜੇ ਤੱਕ ਹਾਜ਼ਰੀਆਂ ਭਰ ਕੇ ਗੁਰੂ ਮਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ ਸਤਿਗੁਰਾਂ ਦਾ ਪਵਨ ਪਵਿੱਤਰ ਉਪਦੇਸ਼ ਧੰਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਮੇਰਾ ਬਖਸ਼ਿਆ ਕਰਨ ਜਿਹਨਾਂ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਨੂੰ ਦਰੋਂ ਕਰੋ ਗੁਰੂ ਸਿੱਖੀ ਨਾਮ ਦਾ ਚੰਦਾ ਪਿਆਰ ਬਖਸ਼ਣ ਜਿਹਦੇ ਸਦਕੇ ਲੋਕ ਸੁਖੀਏ ਪਰ ਲੋਕ ਸੁਹਿਲ ਨੇ ਨਾਨਕ ਘਰ ਪ੍ਰਵਿਆਪੇ ਮੇਲੇ ਦੀਆਂ ਵਰਖਾਂ ਦੇ ਪਾਤਰ ਬਣਿਏ ਭੁੱਲਾ ਚੁੱਕਾ ਨੀ ਖਿਮਾ ਬਖਸ਼ਣੀ ਦੇ ਹੋ ਸੱਜਣਾ ਅਸੀਸਣੀਆਂ ਜੋ ਹੋਵੇ ਸਭ ਸੇ ਮੇਲੇ ਦੀ ਦਾਤ ਪ੍ਰਾਪਤ ਹੋਵੇ ਦਰਬ ਲਟਾਇਓ ਬਾਦ ਬਹੂ ਸੋਤ ਤੀਏ ਦਿਓ ਨਾ ਟਾਂਕ ਬੇਨ ਬਰੀੜਾ ਤਜ ਭਾਜਿਆ ਪੁਨ ਕਹਿ ਸ੍ਰੀ ਮੁਖਵਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ